अमीरन बोलते मैं पहली बार टॉक शो कर रही हूँ। मेरा चौथा पांचवा नंबर सीगा, बट मैं बहुत ग्लैड है कि मेरा इंटरव्यू सब तो पहला आया। ਅਸੀਂ ਬਹੁਤ ਗੱਲਾਂ ਕੀਤੀਆਂ ਸਿਨੇਮਾ ਬਾਰੇ ਔਰ ਹੋਰ ਬਹੁਤ 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 ਕੁਛ। ਬਾਕੀ ਵੀ ਇੰਡਸਟਰੀ ਦੇ ਜਿਹੜੇ ਵੀ ਲੋਕ ਆ ਇੰਟਰਵਿਊ ਦੇਖਦੇ ਆ, ਪਲੀਜ਼ ਤੁਸੀਂ ਆਓ ਔਰ ਇਹੋ ਜਿਹੀਆਂ ਗੱਲਾਂ, ਇਹੋ ਜਿਹੇ ਮੂਮੈਂਟਸ ਲੋਕਾਂ ਤੱਕ ਪਹੁੰਚਣੇ ਬਹੁਤ ਜ਼ਰੂਰੀ। ਆਪਾਂ ਆਪਣੀਆਂ ਫਿਲਮਾਂ ਪ੍ਰਮੋਟ ਕਰਨ ਆਉਂਦੇ ਹਾਂ, ਉਹ ਇੱਕ ਕੱਡ ਗੱਲ ਹੈ। ਥੈਂਕ ਯੂ ਸੋ ਮਚ ਜਗਦੀਪ, ਇਹ ਸੀਰੀਅਸਲੀ ਵਾਲਾ ਥੈਂਕ ਯੂ ਹੈ, ਬਿਕੋਜ਼ ਜਦੋਂ ਇਹ ਸ਼ੋਅ ਪਲਾਨ ਹੋ ਰਿਹਾ ਸੀਗਾ ਮੈਂ ਤੁਹਾਨੂੰ ਵੀ ਕਾਲ ਕੀਤਾ ਸੀ ਔਰ ਮੈਂ ਬੜੀ ਟ੍ਰਾਂਸਪੇਰੈਂਸੀ ਨਾਲ ਬੋਲਿਆ ਸੀਗਾ ਕਿ ਬੜੇ ਕੌਨਫੀਡੈਂਸ ਨਾਲ ਵੀ ਬੋਲਿਆ ਸੀਗਾ ਕਿ ਫੋਰਥ ਫਿਫਥ ਨੰਬਰ 'ਤੇ ਆਈ ਵਿਲ ਕਾਲ ਯੂ, ਇਸ ਤੋਂ ਪਹਿਲਾਂ ਮੇਰੇ ਬਹੁਤ ਸਾਰੇ ਹੋਰ ਲੋਕ ਨੇ, ਬਟ ਮੈਂ ਕਾਫੀ ਸਾਰੇ ਲੋਕਾਂ ਨੂੰ ਫੋਨ ਕੀਤਾ ਐਂਡ ਯੂ ਨੋ ਜਗਦੀਪ ਇਜ਼ ਦ ਫਸਟ ਗੈਸਟ, ਕਿਉਂਕਿ ਬਾਕੀ ਕਾਫੀ ਸਾਰੇ ਲੋਕ ਬਿਜ਼ੀ ਨੇ। ਬਟ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਯੂ ਹੈਵ ਫੋਰ ਫਿਲਮਸ ਬਟ ਸਟਿਲ ਯੂ ਹੈਵ ਟਾਈਮ। ਔਰ ਬਿਨਾਂ ਇਸ ਚੀਜ਼ਾਂ ਤੇ ਕਿ ਲੋਕ ਕੁਛ ਬੋਲਦੇ ਨੇ, ਬਿਕੋਜ਼ ਸਾਡੀ ਪੰਜਾਬੀ ਇੰਡਸਟਰੀ ਬਹੁਤ ਹੀ ਨਾਟ ਪੰਜਾਬੀ ਇੰਡਸਟਰੀ, ਬਹੁਤ ਸਾਰੀ ਐਸੀ ਇੰਡਸਟਰੀਜ਼ ਹੁੰਦੀ ਹੈ, ਬਹੁਤ ਸਾਰੇ ਐਸੇ ਵਰਕਿੰਗ ਸੈਕਟਰਸ ਹੁੰਦੇ ਕਿ ਜਿੱਥੇ ਇੱਕ ਮੁੰਡਾ ਔਰ ਕੁੜੀ ਗੱਲ ਕਰਦੇ ਆ ਔਰ ਉਹਦਾ ਮਤਲਬ ਇਹੀ ਸਮਝਿਆ ਜਾਂਦਾ ਹੈ ਕਿ ਜਿੱਦਾਂ ਹੁਣ ਸਮਝਿਆ ਜਾਏਗਾ ਕਿ ਮੈਂ ਜਦੀ ਕੋਈ ਫਿਲਮ ਲੈਣੀ ਹੈ ਜਾਂ ਜਦੀਪ ਨੂੰ, ਵੈਸੇ ਮੇਰੇ ਨਾਲ ਤਾਂ ਕੋਈ ਕੰਮ ਨਹੀਂ ਹੋਏਗਾ, ਬਟ ਦਿਸ ਇਜ਼ ਨਾਟ ਲਾਈਕ ਦੈਟ। ਜਗਦੀਪ ਬਹੁਤ ਸਾਰੇ ਹੋਰ ਸਿਨੇਮਾ ਲਵਰਸ ਦੇ ਨਾਲ ਗੱਲ ਕਰਦੇ ਨੇ ਔਰ ਬਿਯੋਂਡ ਦ ਪੰਜਾਬੀ ਸਿਨੇਮਾ ਵੀ ਉਹ ਗੱਲ ਕਰਦੇ ਨੇ। ਬਾਰੇ ਬਹੁਤ ਸੁਣਿਆ ਸੀਗਾ ਤੇ ਮੈਨੂੰ ਸੀਗਾ ਕਿ ਯਾਰ ਮੈਂ ਉਹ ਕਿਤਾਬ ਪੜ੍ਹਨੀ ਹੈ ਨਾ, ਔਰ ਮੈਂ ਉਸ ਕਿਤਾਬ ਨੂੰ ਪੜ੍ਹਨ ਲਈ ਪੰਜਾਬੀ ਸਿੱਖਣ ਦੀ ਟਰਾਈ ਕੀਤੀ ਹੈ ਨਾ, ਜਿਹਦੇ ਕਰਕੇ ਮੈਂ ਥੋੜ੍ਹਾ ਥੋੜ੍ਹਾ ਪੜ੍ਹਨ ਲੱਗ ਗਿਆ, ਮਤਲਬ ਹਜੇ ਮੈਂ ਪ੍ਰੋਪਰ ਨਹੀਂ ਲੱਗਿਆ, ਮੈਨੂੰ ਉਨਾ ਟਾਈਮ ਨਹੀਂ ਲੱਗਿਆ ਤੇ, ਬਟ ਮੈਨੂੰ ਫਿਰ ਮੈਂ ਉਹ ਕਿਤਾਬ ਦੀਆਂ 5-6 ਬੁੱਕਸ ਖਰੀਦੀਆਂ, ਇੱਕ ਨਹੀਂ, ਤੇ ਜਿਹੜੇ ਲੋਕ ਪੜ੍ਹਦੇ ਆ ਉਹਨਾਂ ਨੂੰ ਦਿੱਤੀਆਂ, ਕਿ ਐਟਲੀਸਟ ਮੇਰੀ ਸਿਸਟਰ ਨੂੰ ਦਿੱਤੀ, ਮੇਰੀ ਵਾਈਫ ਨੂੰ ਦਿੱਤੀ ਹੈ ਨਾ, ਕਿ ਜੋ ਪੜ੍ਹਦੇ ਉਹ ਕਿਤਾਬ ਪੜ੍ਹਨ, ਕਿਉਂਕਿ ਉਹ ਮੈਨੂੰ ਬਹੁਤ ਵਧੀਆ ਲੱਗੀ ਤੇ ਮੈਂ ਫਿਰ ਉਹਦੇ ਬਾਰੇ ਉਹਨੂੰ ਪੜ੍ਹ ਨਹੀਂ ਸਕਦਾ ਸੀ ਤੇ ਮੈਂ ਉਹਦੇ ਬਾਰੇ ਸਰਚ ਕੀਤਾ, ਉਹਦੇ ਜੋ ਤੁਹਾਡਾ ਉਹਦਾ ਬੁੱਕ ਦਾ ਕੁਝ ਤੁਸੀਂ, ਹਾਂ ਮੈਂ ਇੱਕ ਸਿਨੋਪਸਿਸ ਬਣਾਇਆ ਸੀ ਛੋਟਾ ਜਿਹਾ, ਬਹੁਤ ਅੱਡ ਅੱਡ ਪੋਇਮਸ ਪੜੀਆਂ ਸੀ ਬਹੁਤ ਲਾਈਨਾਂ ਵਿੱਚੋਂ ਵਿੱਚੋਂ ਹਨਾ, ਤਾਂ ਮੈਨੂੰ ਬਹੁਤ ਵਧੀਆ ਲੱਗਿਆ ਸੀ, ਫਿਰ ਉਸ ਤੋਂ ਬਾਅਦ ਮੈਂ ਕਾਫੀ ਫੋਲੋ ਕੀਤਾ ਤੁਹਾਨੂੰ ਤੇ ਮੈਂ ਫੇਸਬੁੱਕ ਤੇ ਵੀ ਲੱਭਿਆ ਤੁਹਾਨੂੰ ਹਨਾ, ਔਰ ਇੱਕ ਵਾਰ ਮੈਨੂੰ ਕਿਸੇ ਪ੍ਰੀਤ ਸਿੰਘ ਕੁਝ ਸਮਥਿੰਗ ਕਿਸੇ ਮੁੰਡੇ ਦਾ ਮੈਸੇਜ ਆਇਆ ਸੀਗਾ, ਤਾਂ ਮੈਂ ਸੋਚਿਆ ਪ੍ਰਿਤਪਾਲ ਸੇ, ਮੈਂ ਬਹੁਤ ਐਕਸਾਈਟਮੈਂਟ ਦੇ ਨਾਲ ਉਹਨੂੰ ਰਿਪਲਾਈ ਬੈਕ ਕੀਤਾ, ਪਰ ਅਗਲੇ ਦਿਨ ਮੈਂ ਪੜ੍ਹਿਆ ਨਹੀਂ, ਯਾਰ ਤਾਂ ਕੋਈ ਹੋਰ ਹੈ, ਤੇ ਫਿਰ ਤਾਂ ਕਰਕੇ ਮੈਂ ਤੁਹਾਨੂੰ ਫੋਲੋ ਕਰਦਾ ਸੀ, ਮੈਨੂੰ ਵਧੀਆ ਲੱਗਦਾ ਤੁਹਾਡਾ ਇੰਟਰਵਿਊ, ਤੁਹਾਡੇ ਰਿਵਿਊਜ਼। ਰਿਵਿਊਜ਼ ਤੇ ਮੈਂ ਉਹੀ, ਬਿਕੋਜ਼ ਬਹੁਤ ਸਾਰੇ ਸੇ ਪੰਜਾਬੀ ਫਿਲਮ ਮੇਕਰਸ ਨੇ ਜੋ ਜਿਹਨਾਂ ਨਾਲ ਗੱਲ ਤਾਂ ਹੁੰਦੀ ਹੈ, ਬਟ ਕਿਉਂਕਿ ਓਨੈਸਟ ਰਿਵਿਊਜ਼ ਚੱਲਦੇ ਨੇ ਔਰ ਅਮੀਰਨ ਕੋਲ ਕੋਈ ਬ੍ਰਾਂਡ ਨਹੀਂ ਹੈ, ਇਟਸ ਕਿਸੇ ਦੇ ਨਾਲ ਐਸੋਸੀਏਟ ਨਹੀਂ ਹੈ, ਮੈਂ ਕਿਤੇ ਪਰਟੀਕੁਲਰ ਐਸ ਕੰਮ ਨਹੀਂ ਕਰਦੀ, ਤਾਂ ਉਹਨਾਂ ਨੂੰ ਲੱਗਦਾ ਕਿ ਇੰਨੀ ਓਨੈਸਟੀ ਉਹਨਾਂ ਨੂੰ ਸ਼ਾਇਦ ਪਸੰਦ ਨਹੀਂ ਆਉਂਦੀ, ਤਾਂ ਉਹ ਤਾਂ ਕਰਕੇ ਵੀ ਦਿਲ ਉਹ ਬਿਨਾਂ ਗੱਲਬਾਤ ਹੁੰਦੀ ਉਹ ਸਾਰਿਆਂ ਦੇ ਨਾਲ, ਪਰ ਉਹ ਸ਼ਾਇਦ ਔਨ ਕੈਮਰਾ ਉਹ ਲੋਕ ਨਹੀਂ ਗੱਲ ਕਰਦੇ। ਹਾਂ ਡੈਫੀਨੇਟਲੀ, ਮੈਨੂੰ ਵੀ ਉਹ ਐਕਚੁਲੀ ਉਹ ਜਿਹੜਾ ਵੀ ਤੁਹਾਡਾ ਗ੍ਰਾਫ ਹੈ ਨਾ ਔਰ ਜਿਸ ਤਰੀਕੇ ਨਾਲ ਤੁਸੀਂ ਰਿਵਿਊ ਕਰਦੇ ਆ, ਤਾਂ ਮੈਂ ਪਰਸਨਲੀ ਬਹੁਤ ਐਕਸਾਈਟਿਡ ਹਾਂ ਕਿ ਯਾਰ ਮਾੜੀ ਫਿਲਮ ਬਣਾ ਕੇ ਰਿਵਿਊ ਸੁਣਨ ਲਈ ਕੋਈ ਇਹੋ ਜਿਹਾ ਪਲੇਟਫਾਰਮ ਹੋਵੇ ਜਿੱਥੇ ਤੁਸੀਂ ਖੁੱਲ ਕੇ ਬੋਲ ਸਕੋ ਹੈ ਨਾ ਔਰ ਓਨੈਸਟੀ ਨਾਲ ਬੋਲ ਸਕੋ, ਤਾਂ ਮੈਨੂੰ ਪਰਸਨਲ ਇੱਕ ਦੋ ਜੇ ਇੰਟਰਵਿਊਜ਼ ਹੈ ਹਜੇ ਤਾਈਂ ਮੈਂ ਜਿੰਨੇ ਵੀ ਦਿੱਤੇ ਆ ਜੋ ਮੈਨੂੰ ਬਹੁਤ ਵਧੀਆ ਲੱਗਦੇ ਆ ਕਿ ਸਵਾਲ ਕੁਛ ਉਹ ਜਿਹੇ ਸੀਗੇ ਜਾਂ ਤੁਸੀਂ ਕੁਛ ਉਹ ਜਿਹੀਆਂ ਗੱਲਾਂ ਬੋਲ ਸਕੇ ਜੋ ਸ਼ਾਇਦ ਕਿਸੇ ਨੂੰ ਵਧੀਆ ਲੱਗੇ ਨੇ, ਕਿਸੇ ਦੇ ਕੰਮ ਆਉਣ ਔਰ ਉਹਨਾਂ ਦਾ ਪਰਪਸ ਸੋਲਵ ਹੋਵੇ, ਨਹੀਂ ਤਾਂ ਆਪਾਂ ਮੂਵੀ ਪ੍ਰਮੋਟ ਕਰਨ ਤਾਂ ਹਰ ਥਾਂ ਜਾਈਦਾ ਹੀ ਹੈ ਜੀ, ਜ਼ਰੂਰ ਦੇਖਿਓ ਜ਼ਰੂਰ ਦੇਖਿਓ। ਔਰ ਇੱਕ ਹੋਰ ਮੇਰਾ ਪਰਪਸ ਸੀਗਾ ਜਿਵੇਂ ਆਪਾਂ ਬਹੁਤ ਸਾਰੇ ਡਿਸਕਸ਼ਨ ਕੀਤੇ ਸੀਗੇ ਇਹਦੇ ਵਿੱਚ ਕਿ ਜਦੋਂ ਆਪਾਂ ਫਿਲਮ ਦੀ ਗੱਲ ਕਰਦੇ ਹਾਂ ਤੇ ਉੱਥੇ ਸਿਰਫ ਗੇਮਸ ਬਹੁਤ ਸਾਰਾ ਬੜਾ ਜਿਹੜਾ ਆਪਣਾ ਹੋ ਸਕਦਾ ਨਾ ਕਿ ਸਿਰਫ ਇੰਟਰਟੇਨਮੈਂਟ ਹੀ ਸਮਝਿਆ ਜਾਂਦਾ ਹੈ ਹਮੇਸ਼ਾ, ਲੇਕਿਨ ਇੱਕ ਫਿਲਮ ਬਣਨ ਦੇ ਪਿੱਛੇ ਇੰਟਰਟੇਨਮੈਂਟ ਔਰ ਪੈਸ਼ਨ ਤਾਂ ਹੁੰਦਾ ਹੀ ਹੈ, ਪਰ ਉਸ ਤੋਂ ਇਹ ਵੀ ਹੈ ਕਿ ਉਹ ਕਮਰਸ਼ੀਅਲ ਵੀ ਹੁੰਦੀ ਹੈ, ਉਹਦੀ ਬਹੁਤ ਸਾਰੀ ਜਰਨੀ ਹੁੰਦੀ ਹੈ ਜਿਵੇਂ ਬਾਕੀ ਪ੍ਰੋਫੈਸ਼ਨਸ ਦੀ ਹੁੰਦੀ ਹੈ। ਬਹੁਤ ਸਾਰੇ ਐਸੇ ਮਤਲਬ ਮੈਨੂੰ ਅਜੀਬ ਲੱਗਦਾ ਕਿ ਜਦੋਂ ਕੋਈ ਸਾਡੀ ਸੋਸਾਇਟੀ ਦੇ ਵਿੱਚ ਕੁਛ ਹੁੰਦਾ ਆ ਤੇ ਸਾਰੀ ਰਿਸਪੋਂਸੀਬਿਲਿਟੀ ਸਿਰਫ ਇੱਕ ਆਰਟਿਸਟ ਨੇ ਨਿਭਾਣੀ ਹੁੰਦੀ ਹੈ, ਕਿਉਂਕਿ ਉਹ ਵੀ ਉਹਦਾ ਮਤਲਬ ਉਹਨੂੰ ਕਿਹਾ ਜਾਂਦਾ ਕਿ ਉਹ ਤੇਰਾ ਪੈਸ਼ਨ ਹੈਗਾ ਆ, ਉਹਨੂੰ ਕਦੇ ਪ੍ਰੋਫੈਸ਼ਨਲੀ ਉਹ ਦਰਜਾ ਨਹੀਂ ਦਿੱਤਾ ਜਾਂਦਾ। ਜਦੋਂ ਆਪਾਂ ਪੰਜਾਬੀ ਸਿਨੇਮਾ ਦੀ ਗੱਲ ਕਰਦੇ ਹਾਂ ਆਪਾਂ ਹਰ ਚੀਜ਼ ਦਾ ਸਾਡਾ ਸਟੈਂਡਰਡ ਵੱਧ ਗਿਆ ਆ, ਅਸੀਂ ਪ੍ਰੋਮੋਸ਼ਨਸ ਬਾਲੀਵੁੱਡ ਦੇ ਸਟਾਈਲ ਨਾਲ ਕਰਦੇ ਹਾਂ, ਅਸੀਂ ਹੋਰ ਬਹੁਤ ਸਾਰੀ ਚੀਜ਼ਾਂ ਕਰਦੇ ਹਾਂ, ਬਟ ਕੰਟੈਂਟ ਦੇ ਪੱਖ ਤੋਂ ਔਰ ਜਦੋਂ ਆਪਾਂ ਕਨਵਰਸੇਸ਼ਨ ਕਰਦੇ ਹਾਂ ਤੇ ਉਹ ਬਹੁਤ ਜ਼ਿਆਦਾ ਜਿਹੜਾ ਲੈਵਲ ਹੈ ਹਲੇ ਵੀ
ਉਹ ਸਿਰਫ ਬਹੁਤ ਹੀ ਜ਼ਿਆਦਾ ਇੱਕ ਫਿਕਸਡ ਪੈਟਰਨ ਆ ਸੋ ਮੈਂ ਚਾਹੁੰਦੀ ਸੀ ਔਰ ਥੈਂਕ ਯੂ ਸੋ ਮਚ ਵਾਂਸ ਅਗੇਨ ਤੁਸੀਂ ਆਏ ਸੋ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਕਿ ਤੁਹਾਡੀਆਂ ਫਿਲਮਾਂ ਦੀ ਗੱਲ ਤੋਂ ਆਪਾਂ ਸ਼ੁਰੂਆਤ ਕਰੀਏ ਜਾਂ ਤੁਹਾਡੀਆਂ ਫੇਵਰੇਟ ਫਿਲਮਸ ਦੀ ਤੋਂ ਸ਼ੁਰੂਆਤ ਕਰੀਏ ਵਿਚ ਯੂ ਵਾਂਟ ਤੁਸੀਂ ਜੋ ਕਹੋਗੇ ਇਹਨਾਂ ਦਾ ਮੈਚ ਕਰ ਸਕਦੀ ਹਾਂ ਪਹਿਲਾਂ ਮੇਰੀਆਂ ਫੇਵਰੇਟ ਫਿਲਮਾਂ ਤੁਹਾਡੀ ਫੇਵਰੇਟ ਫਿਲਮਾਂ ਤੋਂ ਓਕੇ ਵੈਸੇ ਮੈਂ ਮੈਨੂੰ ਵੀ ਇਹ ਬਹੁਤ ਸਾਰੀ ਚੀਜ਼ਾਂ ਜਾਣਨੀਆਂ ਨੇ ਬਿਕੋਜ਼ ਹਮੇਸ਼ਾ ਇੱਦਾਂ ਹੁੰਦਾ ਯੂਜਲੀ ਲੋਕ ਹੀਰੋਜ਼ ਨੂੰ ਪਸੰਦ ਕਰਦੇ ਨੇ ਬਟ ਜਿਹੜੇ ਹੀਰੋ ਹੁੰਦੇ ਆ ਉਹ ਹਮੇਸ਼ਾ ਹੀਰੋ ਮੇਕਰਸ ਨੂੰ ਪਸੰਦ ਕਰਦੇ ਨੇ ਮੈਂ ਚੀਜ਼ ਇਮਤਿਆਜ਼ ਅਲੀ ਦੀ ਬਹੁਤ ਸਾਰੀ ਆਈ ਗਿਸ ਰੌਕਸਟਾਰ ਦੇ ਟਾਈਮ ਉਹਨਾਂ ਦੇ ਇੰਟਰਵਿਊ ਦੇ ਵਿੱਚ ਇਹ ਗੱਲ ਸਮਝੀ ਸੀਗੀ ਕਿਉਂਕਿ ਜਦੋਂ ਰੌਕਸਟਾਰ ਆਈ ਸੀਗੀ ਤਾਂ ਤੁਸੀਂ ਰਣਵੀਰ ਕਪੂਰ ਨੂੰ ਮਤਲਬ ਹਰ ਕਿਸੇ ਨੇ ਪਸੰਦ ਕੀਤਾ ਪਰ ਥੋੜ੍ਹੇ ਟਾਈਮ ਬਾਅਦ ਜਦੋਂ ਬੇਸ਼ਰਮ ਆਈ ਤਾਂ ਉਹੀ ਰਣਵੀਰ ਕਪੂਰ ਸਾਨੂੰ ਪਸੰਦ ਨਹੀਂ ਆਇਆ ਸੋ ਉਸ ਟਾਈਮ 'ਤੇ ਆਈ ਗੈਟ ਟੂ ਨੋ ਕਿ ਸ਼ਾਇਦ ਮੈਂ ਰਾਈਟਰਸ ਨੂੰ ਜਾਂ ਜੋ ਬੈਕਐਂਡ 'ਤੇ ਲੋਕ ਕੰਮ ਕਰਦੇ ਆ ਮੈਂ ਉਹਨਾਂ ਨਾਲ ਜ਼ਿਆਦਾ ਮੈਨੂੰ ਉਹ ਅਟਰੈਕਟ ਕਰਦੇ ਨੇ ਉਹਨਾਂ ਦਾ ਕੰਮ ਅਟਰੈਕਟ ਕਰਦਾ ਇਸ ਲਈ ਹਮੇਸ਼ਾ ਮੈਂ ਟਰਾਈ ਕਰਦੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਔਰ ਐਂਡ ਯੂ ਆਰ ਦ ਵਨ ਹਰਜੀਤੇ ਨੇ ਮੈਨੂੰ ਬਹੁਤ ਇੰਪਰੈਸ ਕੀਤਾ ਸੀਗਾ ਕਿ ਇੱਕ ਨੌਨ ਮਤਲਬ ਐਕਚੁਅਲੀ ਹੀ ਵਾਜ਼ ਨੋਟ ਐਕਟਰ ਔਨ ਦੈਟ ਟਾਈਮ ਐਮੀ ਐਕਟਰ ਨਹੀਂ ਸੀਗੇ ਉਸ ਟਾਈਮ ਤੇ ਐਮੀ ਸਿਰਫ ਉਹ ਕਰ ਰਹੇ ਸੀਗੇ ਜੋ ਉਹ ਕਰ ਸਕਦੇ ਨੇ ਬਟ ਇੱਕ ਨੋਨ ਐਕਟਰ ਕੋਲੋਂ ਐਕਟਿੰਗ ਕਰਾਉਣਾ ਉਹ ਬਹੁਤ ਹੀ ਮੈਨੂੰ ਇੰਪਰੈਸ ਕੀਤਾ ਸੀਗਾ ਸੋ ਬਹੁਤ ਹੀ ਐਸਾ ਮੂਮੈਂਟ ਸੀਗਾ ਕਿ ਜਿੱਥੇ ਮੈਨੂੰ ਪੰਜਾਬੀ ਫਿਲਮ ਰਾਈਟਰ ਆਫਟਰ ਅਮਰਦੀਪ ਸਿੰਘ ਔਰ ਹੋਰ ਵੀ ਬਹੁਤ ਸਾਰੇ ਐਸੇ ਨਾਮ ਹੈ ਜਿਹਨਾਂ ਨੂੰ ਲੱਗਾ ਕਿੰਨਾ ਪੋਟੈਂਸ਼ੀਅਲ ਹੈ ਕਿ ਇੱਕ ਐਸੇ ਨੋਨ ਐਕਟਰ ਕੋਲੋਂ ਉਹਨਾਂ ਨੇ ਕੰਮ ਕਰਾਇਆ ਸੋ ਉਹਦੇ ਆਪਾਂ ਜ਼ਰੂਰ ਗੱਲ ਕਰਦੇ ਹਾਂ ਬਟ ਸਟਾਰਟ ਵਿਦ ਯੋਰ ਫੇਵਰੇਟ ਫਿਲਮ ਸਭ ਦੀ ਲਾਈਫ 'ਚ ਇੱਕ ਮੂਮੈਂਟ ਆਉਂਦਾ ਹੈ ਜਦੋਂ ਆਪਾਂ ਫਿਲਮ ਨੂੰ ਫਸਟ ਟਾਈਮ ਰਿਲਾਈਜ਼ ਕਰਦੇ ਹਾਂ ਕਿ ਦਿਸ ਇਜ਼ ਨੋਟ ਅ ਫਿਲਮ ਦਿਸ ਇਜ਼ ਅ ਵਰਕ ਜਿਸ ਨੂੰ ਦੇਖ ਕੇ ਫੀਲ ਹੁੰਦਾ ਹੈ ਕਿ ਯਾਰ ਇਹ ਮੈਂ ਵੀ ਕਰਨਾ ਚਾਹੁੰਦਾ ਆਈ ਵਾਂਟ ਟੂ ਬੀ ਇਨ ਟੂ ਦੈਟ ਪ੍ਰੋਫੈਸ਼ਨ ਉਹ ਕਿਹੜੀ ਅਸੀਂ ਹਿੱਟ ਫਿਲਮ ਕੀਤੀ ਜਿਸਨੇ ਮਤਲਬ ਇਟ ਵਾਸ ਲਾਈਕ ਨਹੀਂ ਮੈਂ ਵੀ ਲਿਖਾਂਗਾ ਮੈਂ ਵੀ ਡਾਇਰੈਕਟ ਕਰਨਾ ਚਾਹੁੰਦਾ ਮੈਂ ਐਕਚੁਅਲੀ ਵੈਸੇ ਬੰਬੇ ਸੀਗਾ ਉਦੋਂ ਕਾਲਜ ਸੀਗਾ ਅਤੇ ਸਾਡਾ ਕਾਲਜ ਇੱਕ ਗਰੁੱਪ ਹੈ ਅਸੀਂ ਸ਼ਾਰਟ ਫਿਲਮਾਂ ਬਣਾਉਂਦੇ ਹੁੰਦੇ ਸੀ ਐਂਡ ਸੋਚਦੇ ਸੀ ਕਦੇ ਇੰਡਸਟਰੀ ਜਾਵਾਂਗੇ ਕੰਮ ਕਰਾਂਗੇ ਬਟ ਮੈਨੂੰ ਸਾਡੇ ਗਰੁੱਪ 'ਚ ਮੈਂ ਇਹੋ ਜਿਹਾ ਸੀਗਾ ਜਿਹਨੂੰ ਕਲੀਅਰ ਨਹੀਂ ਸੀ ਮੈਂ ਕੀ ਕਰੂੰਗਾ ਮੈਂ ਡਾਇਰੈਕਟ ਮਤਲਬ ਰਾਈਟਿੰਗ ਕਰੂੰਗਾ ਡਾਇਰੈਕਸ਼ਨ ਕਰੂੰਗਾ ਮੈਂ ਜੇ ਆਰਡਰ ਕੀਤਾ ਇੱਕ ਚਪਾਤੀ ਵੀ ਫਾਲਤੂ ਹੀ ਜਾਂਦੀ ਸੀ ਤਾਂ ਓਨਾ ਨਾਪ ਤੋਲ ਕੇ ਆਰਡਰ ਕਰਦਾ ਸੀ ਹਨਾ ਔਰ ਬਜਟ ਵਾਈਜ਼ ਪੈਸੇ ਦਾ ਹਿਸਾਬ ਮੈਂ ਰੱਖਦਾ ਸੀ ਸਾਰੀਆਂ ਸ਼ਾਰਟ ਫਿਲਮਾਂ ਦਾ ਤਾਂ ਮੈਨੂੰ ਸਾਰੇ ਕਹਿੰਦੇ ਸੀ ਕਿ ਤੂੰ ਪ੍ਰੋਡਕਸ਼ਨ 'ਚ ਬਹੁਤ ਵਧੀਆ ਔਰ ਮੈਨੂੰ ਵੀ ਕਿਤੇ ਨਾ ਕਿਤੇ ਲੱਗਦਾ ਸੀਗਾ ਕਿ ਮੈਂ ਪ੍ਰੋਡਕਸ਼ਨ ਲਾਈਨ 'ਚ ਜਾਊਂਗਾ ਬਟ ਫਿਰ ਮੈਂ ਇੱਕ ਫਿਲਮ ਦੇਖੀ ਸੀਗੀ ਜੋ ਹੋਏ ਲੱਕੀ ਲੱਕੀ ਹੋਏ ਬ੍ਰਿਲੀਅੰਟ ਫਿਲਮ ਮਤਲਬ ਮੈਂ ਫਿਲਮ ਦੇਖੀ ਔਰ ਮੈਂ ਫਿਲਮ ਦੁਬਾਰਾ ਟਿਕਟ ਲੈ ਕੇ ਸਿਰਫ ਇਹ ਦੇਖਣ ਨੂੰ ਦੇਖੀ ਵੀ ਇਹ ਫਿਲਮ ਲਿਖੀ ਕਿਵੇਂ ਹੈ ਕਿਉਂਕਿ ਮੈਨੂੰ ਉਹ ਫਿਲਮ ਨਾਲ ਮੈਂ ਇੰਨਾ ਕਨੈਕਟ ਹੋਇਆ ਕਿ ਮੈਨੂੰ ਲੱਗਿਆ ਯਾਰ ਆਹ ਤਾਂ ਮੈਂ ਵੀ ਲਿਖ ਸਕਦਾ ਮਤਲਬ ਫਿਰ ਉਹਦੇ ਡਾਇਲੋਗ ਲਿਖੇ ਸੀਗੇ ਮਨੂ ਰਿਸ਼ੀ ਚੱਡਾ ਹਨਾ ਤੇ ਮੈਂ ਉਹਨਾਂ ਨੂੰ ਉਦੋਂ ਔਰਕੁੱਟ ਦਾ ਜ਼ਮਾਨਾ ਹੁੰਦਾ ਸੀ ਮੈਂ ਉਹਨਾਂ ਨੂੰ ਔਰਕੁੱਟ ਤੇ ਲੱਭਿਆ ਔਰ ਉਹਨਾਂ ਨੂੰ ਮੈਸੇਜ ਕੀਤਾ ਕਿ ਸਰ ਮਤਲਬ ਮੈਂ ਬਹੁਤ ਵਧੀਆ ਲੱਗਿਆ ਤੁਹਾਡਾ ਕੰਮ ਔਰ ਮੈਂ ਤੁਹਾਨੂੰ ਅਸਿਸਟ ਕਰਨਾ ਚਾਹੁੰਦਾ ਡੈਫੀਨੇਟਲੀ ਜਦੋਂ ਤੁਸੀਂ ਇੱਕ ਵਧੀਆ ਫਿਲਮ ਦਿੰਦੇ ਹੋ ਇੱਕ ਰਾਈਸ ਫਿਲਮ ਕਰਦੇ ਉਹਨਾਂ ਨੂੰ ਫਿਲਮ ਫੇਅਰ ਵੀ ਮਿਲਿਆ ਸੀ ਉਹਦੇ ਲਈ ਹਨਾ ਅਤੇ ਬਹੁਤ ਸਾਰੇ ਮੇਰੇ ਵਰਗੇ ਬਹੁਤ ਲੋਕ ਉਹਨਾਂ ਨੂੰ ਮੈਸੇਜ ਕਰਦੇ ਹੋਣੇ ਬਟ ਮੈਂ ਕੀ ਕੰਟੀਨਿਊਸਲੀ ਮਤਲਬ ਬਹੁਤ ਤੰਗ ਨਹੀਂ ਕਰਦਾ ਸੀ ਉਹਨਾਂ ਨੂੰ ਬਟ ਮੈਂ ਥੋੜ੍ਹੇ ਕੁ ਦਿਨਾਂ ਨੂੰ ਮੈਸੇਜ ਇਹ ਉਹ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਰਾਈਟਿੰਗ 'ਚ ਕੋਈ ਅਸਿਸਟ ਨਹੀਂ ਹੁੰਦਾ ਹਨਾ ਕਿ ਰਾਈਟਿੰਗ 'ਚ ਇਹ ਹੋਊਗਾ ਤੇਰਾ ਕੰਮ ਮੇਰੇ ਨਾਮ ਨਾਲ ਆਊਗਾ ਇਹ ਹੁੰਦਾ ਰਾਈਟਿੰਗ 'ਚ ਅਸਿਸਟੈਂਟ ਮੈਂ ਤੈਨੂੰ ਸਿਖਾ ਨਹੀਂ ਸਕਦਾ ਸੋ ਜੋ ਵੀ ਤੈਨੂੰ ਆਉਂਦਾ ਤੂੰ ਆਪਦਾ ਲਿਖਣਾ ਸ਼ੁਰੂ ਕਰ ਐਂਡ ਸੇਮ ਟਾਈਮ 'ਤੇ ਇੱਕ ਫਿਲਮ ਆਈ ਸੀ ਲੰਮਾ ਲੰਮਾ ਸ਼ਾਇਦ ਸੰਜੇ ਦੱਤ ਦੀ ਉਹਦੇ ਜਿਹੜੇ ਕੈਮਰਾਮੈਨ ਸੀਗੇ ਜੇਮੀ ਸਰ ਉਹ ਬਾਹਰ ਦੇ ਹਨਾ ਹਾਲੀਵੁੱਡ ਦੇ ਸੀ ਉਹ ਅਤੇ ਉਹਨਾਂ ਨਾਲ ਵੀ ਮੇਰੀ ਗੱਲਬਾਤ ਚੱਲ ਰਹੀ ਸੀਗੀ ਅਤੇ ਮੈਂ ਬਹੁਤ ਕਨਫਿਊਜ਼ ਸੀਗਾ ਕਿ ਯਾਰ ਮੈਂ ਕੀ ਕਰੂੰਗਾ ਹਨਾ ਅਤੇ ਉਹ ਮੈਨੂੰ ਕਹਿੰਦੇ ਸੀ ਤੂੰ ਮੈਨੂੰ ਅਸਿਸਟ ਕਰ ਲਾ ਐਂਡ ਦੈਨ ਫਿਰ ਉਹ ਲੱਕੀ ਲੱਕੀ ਇੱਕ ਫਿਲਮ ਸੀਗੀ ਜਿਹੜੀ ਦੇਖ ਕੇ ਮੈਨੂੰ ਲੱਗਿਆ ਨਹੀਂ ਯਾਰ ਮੈਂ ਲਿਖ ਸਕਦਾ ਅਤੇ ਫਿਰ ਮੈਂ ਸੋਚਣਾ ਸ਼ੁਰੂ ਕੀਤਾ ਇਸ ਬਾਰੇ ਐਂਡ ਮੈਂ ਲਿਖਣਾ ਸ਼ੁਰੂ ਕੀਤਾ ਮੈਂ ਪਹਿਲੀ ਫਿਲਮ ਲਿਖੀ ਸੀ ਉਹਦਾ ਟਾਈਟਲ ਸੀਗਾ ਗੁੱਲਕ ਤੋੜ ਕੇ ਤਾਂ ਫਿਲਮ ਆਈ ਨਹੀਂ ਕਦੇ ਐਂਡ ਉਹ ਇੱਕ ਹਾਕੀ 'ਤੇ ਬੇਸਡ ਫਿਲਮ ਸੀਗੀ ਇੱਕ ਬੱਚੇ ਦੀ ਸਟੋਰੀ 'ਤੇ ਅਤੇ ਉਹ ਮੈਂ ਮੇਰੇ ਨਾਲ ਦੇ ਗਰੁੱਪ ਵਾਲਿਆਂ ਨੂੰ ਸੁਣਾਇਆ ਕਿ ਯਾਰ ਮੈਂ ਕੱਖ ਸਟੋਰੀ ਲਿਖੀ ਹੈ ਨਾ ਅਤੇ ਸਾਰੇ ਬੜੇ ਹੈਰਾਨ ਹੋਏ ਗਏ ਯਾਰ ਤੂੰ ਲਿਖੀ ਹੈ ਨਾ ਫਿਰ ਅਸੀਂ ਉੱਤੇ ਉਦੋਂ ਇੱਕ ਸਕ੍ਰਿਪਟ ਲਿਖੀ ਸੀਗੀ ਉਹਦਾ ਬਹੁਤ ਸਾਰਾ ਪਾਰਟ ਮੈਂ ਹਰਜੀਤ ਦਾ ਯੂਜ਼ ਕੀਤਾ ਮਤਲਬ ਉਹ ਫਿਲਮ ਨਹੀਂ ਬਣੀ ਕਦੇ ਵੇਸਟ ਨਹੀਂ ਹੁੰਦਾ ਹਾਂ ਤਾਂ ਜਿਹੜੀ ਮਤਲਬ ਮੈਨੂੰ ਮੇਜਰਲੀ ਜਿਹੜੀ ਫਿਲਮ ਨੇ ਚੇਂਜ ਕੀਤਾ ਉਹ ਲੱਕੀ ਲੱਕੀ ਹੋਈ ਸੀ ਐਂਡ ਐਵੇਂ ਹੀ ਤੁਸੀਂ ਕਦੀ ਮਿਲੇ ਦਿਵਾਕਰ ਨੂੰ ਹਾਂ ਦਿਵਾਕਰ ਸਰ ਨੂੰ ਮੈਂ ਮਿਲਿਆ ਸੀਗਾ ਗੋਆ ਫਿਲਮ ਬਾਜ਼ਾਰ 'ਚ ਅਤੇ ਮੈਂ ਉਹਨਾਂ ਕੋਲ ਗਿਆ ਔਰ ਮੈਂ ਉਹਨਾਂ ਨੂੰ ਮਤਲਬ ਇਹ ਕਿਹਾ ਕਿ ਸਰ ਆਈ ਐਡਮਾਇਰ ਯੂਅਰ ਸਿਨੇਮਾ
ਬਸ ਇੰਨੀ ਕੁ ਗੱਲ ਹੋਈ ਹੈ ਸਾਡੀ ਜਿੱਥੇ ਕਿੰਨਾ ਡਿਫਰੈਂਸ ਹੁੰਦਾ ਹੈ ਮਤਲਬ ਜਦੋਂ ਅਸੀਂ ਕਿਸੇ ਨੂੰ ਵੇਖਦੇ ਹਾਂ ਹੈ ਨਾ ਅਸੀਂ ਉਹਨੂੰ ਬੋਲਦੇ ਹਾਂ ਆਈ ਐਡਮਾਇਰ ਯੋਰ ਸਿਨੇਮਾ ਐਂਡ ਦੈਨ ਉਹਦੇ ਨਾਲ ਗੱਲਬਾਤ ਹੁੰਦੀ ਹੈ ਫਿਰ ਉਹ ਚੀਜ਼ ਕਿਤੇ ਨਾ ਕਿਤੇ ਬੈਲੈਂਸਡ ਹੋ ਜਾਂਦੀ ਹੈ ਜਦੋਂ ਸਾਡੇ ਕੋਈ ਆਉਂਦਾ ਹੈ ਉਹ ਸੇਮ ਫੀਲਿੰਗ ਉਹਦੀ ਆਪਾਂ ਸਮਝ ਪਾਉਂਦੇ ਹਾਂ ਜਾਂ ਸਾਨੂੰ ਲੱਗਦਾ ਹੈ ਕਿ ਠੀਕ ਹੈ ਮਤਲਬ ਸਾਨੂੰ ਬਹੁਤ ਲੋਕ ਕਹਿੰਦੇ ਜਿਵੇਂ ਤੁਸੀਂ ਕਿਹਾ ਕਿ ਮੈਂ ਉਹਨਾਂ ਨੂੰ ਵੀ ਬਹੁਤ ਲੋਕ ਕਹਿੰਦੇ ਹੋਣਗੇ ਤਾਂ ਉਹ ਡਿਫਰੈਂਸ ਬਿਕੋਜ਼ ਯੂ ਆਰ ਰਾਈਟ ਨਾਓ ਯੂ ਆਰ ਅ ਰਾਈਜ਼ਿੰਗ ਵਨ ਹੈ ਨਾ ਬਹੁਤ ਸਾਰੇ ਲੋਕ ਤੁਹਾਨੂੰ ਵੀ ਟੈਕਸਟ ਕਰਦੇ ਹੋਣਗੇ ਬਹੁਤ ਸਾਰੇ ਲੋਕ ਕਹਿੰਦੇ ਹੋਣਗੇ ਕਿ ਵਰਕ ਕਰਦੇ ਆ ਯੇ ਵੋ ਦੈਨ ਹਾਊ ਯੂ ਟ੍ਰੀਟ ਦੈਮ ਐਕਚੁਅਲੀ ਹੁਣ ਜਿਵੇਂ ਮੈਂ ਸੇਮ ਚੀਜ਼ ਉਹ ਚੀਜ਼ ਫੀਲ ਕਰਦਾ ਕਿ ਮੈਂ ਲੋਕਾਂ ਨੂੰ ਮੈਸੇਜ ਕਰਦਾ ਹੁੰਦਾ ਸੀ ਹੈ ਨਾ ਜਾਂ ਮੈਂ ਕਿਸੇ ਨੂੰ ਇੰਸਟਾ ਤੇ ਇੰਸਟਾ ਲਈ ਜਦੋਂ ਫੇਸਬੁੱਕ ਹੁੰਦਾ ਸੀ ਉਸ ਤੇ ਮੈਸੇਜ ਕਰਨਾ ਜਾਂ ਅਪਰੋਚ ਕਰਨਾ ਕਿਸੇ ਨੂੰ ਕੰਮ ਲਈ ਜਾਂ ਕਿਸੇ ਨੂੰ ਤੁਸੀਂ ਪਸੰਦ ਕਰਦੇ ਹੋ ਹੈ ਨਾ ਤਾਂ ਹੁਣ ਸੇਮ ਮੈਨੂੰ ਵੀ ਆਉਂਦੇ ਆ ਔਰ ਮੈਂ ਰਿਲੇਟ ਕਰਦਾ ਹਾਂ ਕਿ ਯਾਰ ਉਹ ਲੋਕ ਮੈਨੂੰ ਕਿਉਂ ਨਹੀਂ ਰਿਪਲਾਈ ਕਰ ਪਾਉਂਦੇ ਸੀਗੇ ਜਾਂ ਕਿਉਂਕਿ ਮੈਂ ਹੁਣ ਮੈਨੂੰ ਇੰਨੇ ਮੈਸੇਜ ਆਉਂਦੇ ਮੈਂ ਸਭ ਨੂੰ ਰਿਪਲਾਈ ਨਹੀਂ ਕਰ ਪਾਉਂਦਾ ਤੇ ਐਂਡ ਮੈਂ ਉਹ ਸੇਮ ਫੀਲਿੰਗ ਕਨੈਕਟ ਕਰਦਾ ਬਟ ਇਹ ਜਿਹੜੀ ਇੰਡਸਟਰੀ ਹੈ ਜਾਂ ਜਿਹੜੀ ਲਾਈਨ ਹੈ ਮੈਂ ਸੋਚਦਾ ਕਿ ਹੋ ਸਕਦਾ ਅੱਜ ਕਿਸੇ ਨੂੰ ਮੈਂ ਇਗਨੋਰ ਮਾਰਦਾ ਹੋਊਗਾ ਕਿਸੇ ਦਾ ਰਿਪਲਾਈ ਨਹੀਂ ਕਰਦਾ ਔਰ ਕੱਲ੍ਹ ਨੂੰ ਉਹ ਬਹੁਤ ਵੱਡਾ ਫਿਲਮ ਮੇਕਰ ਬਣ ਕੇ ਉਹ ਕਿਸੇ ਇੰਟਰਵਿਊ 'ਚ ਇੱਕ ਗੱਲ ਵੀ ਬੋਲ ਸਕਦਾ ਕਿ ਯਾਰ ਜਗਦੀਪ ਸਿੱਧੂ ਨੂੰ ਮੈਂ ਮੈਸੇਜ ਕਰਦਾ ਹੁੰਦਾ ਸੀ ਅਤੇ ਉਹਨੇ ਮੇਰਾ ਰਿਪਲਾਈ ਨਹੀਂ ਕੀਤਾ ਸੀ ਬਟ ਮੈਨੂੰ ਲੱਗਦਾ ਕਿ ਇਹ ਸੁਸਾਇਟੀ ਦਾ ਵੇ ਹੈ ਬਟ ਮੇਰੇ ਕੋਲ ਆਪਦੇ ਆਲਰੇਡੀ 6-7 ਜਿਹੜੇ ਮੇਰੇ ਨਾਲ ਮੁੰਡੇ ਕੁੜੀਆਂ ਛੋੜੇ ਹੋਏ ਅਸਿਸਟੈਂਟ ਮੈਂ ਉਹਨਾਂ ਨੂੰ ਭਜਾ ਨਹੀਂ ਸਕਦਾ ਪੰਛੀ ਤੋਂ ਉੱਤੇ ਰੱਖ ਨਹੀਂ ਸਕਦਾ ਸੋ ਡੈਫੀਨੇਟਲੀ ਆਈ ਮੇਰੇ ਨਾਲ ਵੀ ਹੋਇਆ ਮੈਂ ਵੀ ਕਿਸੇ ਨਾਲ ਕਰ ਰਿਹਾ ਨਾ ਕੋਈ ਹਰਟ ਹੋ ਰਿਹਾ ਹੋਊਗਾ ਕੋਈ ਮੈਨੂੰ ਬਹੁਤ ਹੀ ਜ਼ਿਆਦਾ ਐਡਮਾਇਰ ਕਰਦਾ ਹੋਊਗਾ ਕਿ ਨਹੀਂ ਯਾਰ ਇਹ ਬੰਦੇ ਨਾਲ ਮੈਂ ਕੰਮ ਕਰਨਾ ਹੀ ਕਰਨਾ ਬਟ ਮੈਂ ਚਾਹ ਕੇ ਵੀ ਉਹਨੂੰ ਕੰਮ ਨਹੀਂ ਦੇ ਸਕਦਾ ਸੋ ਇਹ ਪ੍ਰੋਸੈਸ ਆ ਬਟ ਬਹੁਤ ਸਾਰੇ ਸੇ ਲੋਕ ਹੈ ਮੈਨੂੰ ਲੱਗਦਾ ਜੋ ਫਸਟ ਟਾਈਮ ਤੁਹਾਡੀ ਫਿਲਮਾਂ ਦੇ ਵਿੱਚ ਆਏ ਨੇ ਬਹੁਤ ਸਾਰੇ ਸੇ ਨਾਮ ਹੈ ਰਾਈਟਿੰਗ ਦੇ ਵਿੱਚ ਜਿਹੜਾ ਉਹ ਯੂ ਟੋਲਡ ਮੀ ਕਿ ਗੁੱਡੀਆਂ ਪਟੋਲੇ ਦੇ ਵਿੱਚ ਦੇਰ ਇਜ਼ ਅ ਗਰਲ ਉਹ ਲੋਕਾਂ ਨੂੰ ਨਹੀਂ ਪਤਾ ਹੁੰਦਾ ਆ ਪਰ ਬਹੁਤ ਸਾਰੇ ਲੋਕਾਂ ਨੂੰ ਆਪਾਂ ਚਾਂਸ ਵੀ ਦਿੰਦੇ ਹਾਂ ਤੁਸੀਂ ਨਹੀਂ ਮਤਲਬ ਬਿਜ਼ੀ ਹੋਣ ਦੇ ਬਾਵਜੂਦ ਸਾਡੀ ਇੰਡਸਟਰੀ ਇੱਦਾਂ ਦੀ ਹੈਗੀ ਹੈ ਜੋ ਨਵੇਂ ਲੋਕਾਂ ਨੂੰ ਅਗਰ ਉਹ ਟੈਲੈਂਟਡ ਹੈ ਤਾਂ ਉਹਨਾਂ ਨੂੰ ਸਪੇਸ ਦਿੰਦੀ ਵੀ ਹੈ ਸੋ ਜਿੱਦਾਂ ਗੁੱਡੀਆ ਪਟੋਲੇ ਦੇ ਵਿੱਚ ਮੈਂ ਨਾਮ ਭੁੱਲ ਗਈ ਉਹਨਾਂ ਦਾ ਤੁਸੀਂ ਸ਼ਾਇਦ ਉਹਨਾਂ ਨੂੰ ਕਨੈਕਟ ਕੀਤਾ ਸੀ ਜਿਹਨਾਂ ਦੇ ਡਾਇਲੌਗਸ ਲਿਖੇ ਸੀਗੇ ਇੱਕ ਹੋਰ ਉਹਦੇ ਨਾਲ ਸੀਗੇ ਸਰਗੀ ਕੁੜੀ ਸੀ ਸੋ ਮਤਲਬ ਮੇਰੇ ਕਹਿਣ ਦਾ ਮਤਲਬ ਹੈ ਕਿ ਆਰਟਿਸਟ ਨੂੰ ਜਦੋਂ ਇਸ ਪੁਆਇੰਟ ਆਫ ਵਿਊ ਤੋਂ ਦੇਖਿਆ ਜਾਂਦਾ ਉਹਨੂੰ ਹਮੇਸ਼ਾ ਇਹ ਕਿਹਾ ਜਾਂਦਾ ਕਿ ਉਹ ਇੱਕ ਫਿਲਮ ਤੋਂ ਬਾਅਦ ਇੱਕ ਚੀਜ਼ ਤੋਂ ਬਾਅਦ ਬਦਲ ਜਾਂਦਾ ਬਟ ਇੱਦਾਂ ਹੈ ਕਿ ਸਾਡੇ ਆਰਟਿਸਟ ਪੋਜ਼ਿਟਿਵ ਵੀ ਬਹੁਤ ਨੇ ਬਹੁਤ ਨਵਾਂ ਕੰਟੈਂਟ ਵੀ ਆਉਂਦਾ ਔਰ ਉਹ ਬਹੁਤ ਬੈਟਰ ਵੀ ਹੁੰਦਾ ਹੈ ਸੋ ਇਟਸ ਲਾਈਕ ਅ ਪ੍ਰੋਸੈਸ ਹਾਂ ਮੈਨੂੰ ਲੱਗਦਾ ਕਿ ਮੈਂ ਪਰਸਨਲੀ ਇਹ ਫੀਲ ਕਰਦਾ ਕਿ ਯਾਰ ਕੋਈ ਮੈਨੂੰ ਪਿਆਰ ਕਰਦਾ ਹੈ ਜਾਂ ਮੈਨੂੰ ਮੈਸੇਜ ਕਰਦਾ ਕਿ ਸਰ ਮੈਂ ਤੁਹਾਡਾ ਬਹੁਤ ਵੱਡਾ ਫੈਨ ਹੈ ਜਾਂ ਮੈਂ ਤੁਹਾਡਾ ਸਿਨੇਮਾ ਐਡਮਾਇਰ ਕਰਦਾ ਤਾਂ ਮੈਨੂੰ ਉਹ ਚੀਜ਼ ਕਦੇ ਅਟਰੈਕਟ ਨਹੀਂ ਕਰਦੀ ਮਤਲਬ ਅਟਰੈਕਟ ਐਜ਼ ਇਨ ਕਿ ਮੈਂ ਇਸ ਕਰਕੇ ਕਿਸੇ ਨੂੰ ਕੰਮ ਨਹੀਂ ਦੇ ਸਕਦਾ ਕਿ ਯਾਰ ਉਹ ਮੈਨੂੰ ਪਸੰਦ ਕਰਦਾ ਹੈ ਜਾਂ ਮੇਰੇ ਸਿਨੇਮਾ ਨੂੰ ਪਸੰਦ ਕਰਦਾ ਹੈ ਹਾਂ ਮੈਨੂੰ ਕਿਸੇ 'ਚ ਕੋਈ ਸਪਾਰਕ ਦਿਖਦੀ ਹੈ ਥੋੜ੍ਹੀ ਜਿਹੀ ਵੀ ਕਿਉਂਕਿ ਮੈਂ ਬਹੁਤ ਕੋਸ਼ਿਸ਼ ਕਰਦਾ ਹਾਂ ਕਿ ਮੈਂ ਲੋਕਾਂ ਦੀਆਂ ਸਟੋਰੀਆਂ ਸੁਣਾ ਮੈਨੂੰ ਇੱਕ ਕੁੜੀ ਦਾ ਹਜੇ ਵੀ ਨਹੀਂ ਪਤਾ ਕਿ ਜਲੰਧਰ ਤੋਂ ਇੱਕ ਕੁੜੀ ਹੈ ਮੈਨੂੰ ਨਾਮ ਵੀ ਨਹੀਂ ਪਤਾ ਉਹਦਾ ਇੰਸਟਾ 'ਤੇ ਕੁਛ ਤਾਂ ਹੋਰ ਹੀ ਮਤਲਬ ਹੁੰਦਾ ਨਾ ਪੈਸ਼ਨ ਵੈਸ਼ਨ ਕਰਕੇ ਕੁਛ ਆਈਡੀ ਹੈ ਬਟ ਉਹਨੇ ਮੈਨੂੰ ਦੋ ਸਟੋਰੀਆਂ ਨਰੇਟ ਕੀਤੀਆਂ ਸੀ ਜਿਨ੍ਹਾਂ 'ਚ ਇੱਕ ਸਟੋਰੀ ਮੈਨੂੰ ਬਹੁਤ ਵਧੀਆ ਲੱਗੀ ਬੜੀ ਕੌਨਫੀਡੈਂਟ ਮੈਂ ਆਈ ਥਿੰਕ ਇਟਸ ਬੀਨ 6 ਮੰਥਸ ਮੈਂ ਸਟੋਰੀ ਨਹੀਂ ਨਰੇਟ ਕਰਵਾਈ ਹੈਟਸ ਆਫ ਟੂ ਹਰ ਉਹਨੇ ਦੋ ਸਟੋਰੀਆਂ ਨਰੇਟ ਕੀਤੀ ਇੱਕ ਸਟੋਰੀ ਮੈਨੂੰ ਬਹੁਤ ਵਧੀਆ ਲੱਗੀ ਬਟ ਹੁੰਦਾ ਨਾ ਕਿ ਤੁਸੀਂ ਸਟਾਰਟ 'ਚ ਕੰਮ ਕਰਦੇ ਹੋ ਤਾਂ ਕਿਤੇ ਨਾ ਕਿਤੇ ਮੈਚੋਰਿਟੀ ਨਹੀਂ ਹੁੰਦੀ ਤਾਂ ਮੈਂ ਉਹਨੂੰ ਕਿਹਾ ਵੀ ਤੂੰ ਹੋਰ ਲਿਖ ਤੂੰ ਮੈਨੂੰ ਜਦੋਂ ਵੀ ਤੈਨੂੰ ਤੂੰ ਲਿਖ ਲਿਆ ਮੈਨੂੰ ਫੋਨ ਕਰੀ ਹੈ ਨਾ ਤਾਂ ਉਦੋਂ ਬਾਅਦ ਉਹਦਾ ਅਜੇ ਕਦੇ ਫੋਨ ਨਹੀਂ ਆਇਆ ਤਾਂ ਮੈਨੂੰ ਲੱਗਦਾ ਕਿ ਯਾਰ ਜਿਹੜੇ ਬੰਦਾ ਕੰਮ ਕਰਦਾ ਹੈ ਜਿਹਦੇ 'ਚ ਕੁਛ ਚੰਗਾ ਹੈ ਔਰ ਬਹੁਤ ਸਾਰੇ ਸੇਮ ਐਕਟਰ ਹੈ ਜਿਨ੍ਹਾਂ ਨੇ ਮੇਰੀ ਕਿਸੇ ਨਾ ਕਿਸੇ ਫਿਲਮ 'ਚ ਇੱਕ ਡਾਇਲੋਗ ਬੋਲਿਆ ਲਾਈਕ ਜਿਵੇਂ ਹੁਣ ਹਨੀ ਕਰਕੇ ਇੱਕ ਮੁੰਡਾ ਹੈ ਬਹੁਤ ਕੰਮ ਕਰ ਰਿਹਾ ਹੈ ਉਹ ਮੁੰਡੇ ਨੇ ਮੈਨੂੰ ਅੰਮ੍ਰਿਤਸਰ ਸੀਗਾ ਅਤੇ ਉਹ ਪ੍ਰੋਡਕਸ਼ਨ 'ਚ ਕੰਮ ਕੁੰਮ ਕਰਦਾ ਸੀ ਤਾਂ ਉਹ ਮਿਲਣ ਆਇਆ ਸੀ ਇੱਕ ਦਿਨ ਅਤੇ ਕਹਿੰਦਾ ਸਰ ਮੈਨੂੰ ਅਸਿਸਟ ਮਤਲਬ ਰੱਖ ਲਓ ਤਾਂ ਆਇਆ ਤਾਂ ਮੈਂ ਉਹਨੂੰ ਕਿਹਾ ਯਾਰ ਮੈਂ ਕਿਹਾ ਟੀਮ ਸਾਰੀ ਪੂਰੀ ਹੈ ਵੀ ਡਾਇਰੈਕਸ਼ਨ ਟੀਮ ਤੈਨੂੰ ਕਿਤੇ ਰੱਖ ਨਹੀਂ ਸਕਦੇ ਕਿਉਂਕਿ ਮੇਰੀ ਵੀ ਉਹ ਪਹਿਲੀ ਫਿਲਮ ਸੀ ਮੈਂ ਇੰਨੀ ਵਧੀਆ ਪੋਜੀਸ਼ਨ 'ਤੇ ਨਹੀਂ ਸੀਗਾ ਅਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਕਹਿੰਦਾ ਮੈਂ ਥੀਏਟਰ ਵੀ ਕਰਦਾ ਮੈਂ ਕਿਹਾ ਚੱਲ ਤੂੰ ਕੁਛ ਐਕਟ ਕਰਕੇ ਦਿਖਾ ਉਹਨੇ ਮੈਨੂੰ ਕਰਕੇ ਦਿਖਾਇਆ ਤਾਂ ਉਹਨੂੰ ਇੱਕ ਬਹੁਤ ਹੀ ਛੋਟਾ ਜਿਹਾ ਜਿਹਦੇ ਦੋ ਸੀਨ ਸੀਗੇ ਫਿਲਮ 'ਚ ਮੈਂ ਉਹਨੂੰ ਚਾਂਸ ਦਿੱਤਾ ਉਹਨੇ ਬਹੁਤ ਵਧੀਆ ਕੀਤਾ ਬਨੀ ਜੋ ਬਹੁਤ ਵਧੀਆ ਅੱਜ ਕੱਲ੍ਹ ਵੱਡੀਆਂ ਵੱਡੀਆਂ ਫਿਲਮਾਂ ਕਰ ਰਹੇ ਉਹਨਾਂ ਦੇ ਫਿਲਮ 'ਚ ਸਿਰਫ ਦੋ ਤਿੰਨ ਡਾਇਲੋਗ ਸੀ ਗੁੱਗੂ ਜੀ ਦੇ ਬੇਟੇ ਬਣੇ ਸੀ ਉਹ ਜੀ ਪਾਪਾ ਜੀ ਹਾਂ ਉਹ ਪਾਪਾ ਜੀ ਓਕੇ ਪਾਪਾ ਜੀ ਬ
ਬਸ ਇੰਨਾ ਹੀ ਸੀਗਾ ਬਟ ਮੈਨੂੰ ਉਹਨਾਂ ਦਾ ਲੱਗਿਆ ਕਿ ਯਾਰ ਇਹਨਾਂ ਬੰਦਿਆਂ 'ਚ ਦੋਨਾਂ 'ਚ ਸਪਾਰਕ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਜਿੱਥੇ ਮੈਂ ਪ੍ਰਮੋਟ ਕਰ ਸਕਦਾ ਸੀਗਾ ਉਹਨਾਂ 'ਚ ਕੀਤਾ ਨਾ ਅੱਜ ਦੋਨੇ ਵਧੀਆ ਕੰਮ ਕਰ ਰਹੇ ਹੈ ਸੇਮ ਜੇ ਤੁਸੀਂ ਬੁੱਢੀਆਂ ਪਟੋਲੇ ਦੇਖੀ ਹੋਣੀ ਉਹਦੇ 'ਚ ਇੱਕ ਮੁੰਡਾ ਹੈ ਉਹ ਇੱਕ ਡਾਇਲੋਗ ਹੈ ਉਹਦਾ ਵੀ ਦਾਤੀ ਰੱਖ ਲਈ ਇੱਕ ਮੁੰਡਾ ਕਹਿੰਦਾ ਦੋ ਬਾਹਰੋਂ ਕੁੜੀਆਂ ਆਈਆਂ ਆਪਾਂ ਤਾਂ ਇੱਕ ਸੈੱਟ ਕਰ ਲੈਂਦੀ ਹਾਂ ਆਪਾਂ ਤਾਂ ਬਾਹਰ ਜਾਣਾ ਹੈ ਤਾਂ ਉਹ ਸੁਣਦਾ ਰਹਿੰਦਾ ਔਰ ਕਹਿੰਦਾ ਦਾਤੀ ਰੱਖ ਲਈ ਔਰ ਉਹ ਮੁੰਡੇ ਨੇ ਇੱਕ ਇੱਕ ਡਾਇਲੋਗ 'ਚ ਦਿਖਾਤਾ ਸੀ ਯਾਰ ਉਹਦੇ 'ਚ ਗੱਲਬਾਤ ਹੈਗੀ ਹੈ ਸੋ ਮੈਂ ਉਹਨੂੰ ਸੁਰਖੀ ਬਿੰਦੀ 'ਚ ਇੱਕ ਵਧੀਆ ਕਰੈਕਟਰ ਦਿੱਤਾ ਸੋ ਮੈਨੂੰ ਲੱਗਦਾ ਕਿ ਜਿਹਦੇ 'ਚ ਟੈਲੈਂਟ ਹੈ ਤਾਂ ਤੁਹਾਨੂੰ ਉਹਨੂੰ ਡੈਫੀਨੇਟਲੀ ਪ੍ਰਮੋਟ ਕਰਨਾ ਚਾਹੀਦਾ ਨੋ ਡਿਸਕਸ਼ਨ ਤੇ ਬੈਠਦੇ ਆ ਮੈਂ ਹੁਣ ਇਸ ਚੀਜ਼ ਵਿੱਚ ਕਹਿੰਦਾ ਆਪਾਂ ਪ੍ਰੋਸੈਸ ਹੁੰਦੇ ਤਦ ਸਮਝ ਆਉਂਦਾ ਕਿ ਨੈਪੋਟਿਜ਼ਮ ਬੰਦਾ ਇੱਕ ਵਾਰੀ ਕਰ ਸਕਦਾ ਹਰ ਵਾਰੀ ਉਹ ਨਹੀਂ ਕਰ ਸਕਦਾ ਇੱਕ ਵਾਰੀ ਇੱਕ ਵਾਰ ਤਾਂ ਹਰ ਕੋਈ ਆਪਣੇ ਬੰਦੇ ਨੂੰ ਹੀ ਚਾਂਸ ਦਿੰਦਾ ਆ ਸੋ ਮੈਨੂੰ ਲੱਗਦਾ ਕਿ ਇਹ ਬਹੁਤ ਵਧੀਆ ਪ੍ਰੋਸੈਸ ਹੈ ਔਰ ਆਈ ਹੋਪ ਕਿ ਇਸੇ ਤਰ੍ਹਾਂ ਹੋਰ ਛੋਟੇ ਛੋਟੇ ਰੋਲਸ ਨਾਲ ਹੀ ਔਰ ਮੈਨੂੰ ਲੱਗਦਾ ਵਧੀਆ ਗੱਲ ਇਹ ਵੀ ਆ ਕਿ ਇੱਕ ਛੋਟਾ ਜਿਹਾ ਰੋਲ ਜਿਹੜਾ ਆ ਉਹ ਬਹੁਤ ਅੱਗੇ ਲੈ ਜਾਂਦਾ ਸੋ ਕਈ ਲੋਕ ਬਹੁਤ ਛੋਟੇ ਛੋਟੇ ਰੋਲਸ ਨੂੰ ਹੀ ਨਾ ਕਰ ਦਿੰਦੇ ਕਈ ਲੋਕ ਬੋਲਦੇ ਕਿ ਆਪਾਂ ਸਾਈਡ 'ਚ ਨਹੀਂ ਕਿਸੇ ਦੇ ਖੜੇ ਹੋਣਾ ਕਈ ਲੋਕ ਕਾਫੀ ਸਾਰੀ ਚੀਜ਼ਾਂ ਹੁੰਦੀਆਂ ਬਟ ਉਹ ਜਿਹੜੇ ਸਾਈਡ 'ਚ ਖੜੇ ਹੁੰਦੇ ਜਾਂ ਫਿਰ ਬਹੁਤ ਸਾਰੇ ਐਸੇ ਲੋਕ ਹੈ ਬਹੁਤ ਲੰਬੀ ਲਿਸਟ ਹੈ ਇਹਦੀ ਕਿ ਉਹ ਲੋਕ ਐਕਚੁਅਲੀ ਸਪੇਸ ਔਰ ਕੰਮ ਨੂੰ ਵੈਲਿਊ ਕਰਦੇ ਨੇ ਇੱਕ 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 ਚੀਜ਼ ਹੁੰਦੀ ਹੈ ਜੋ ਅਕਸਰ ਵੈਸੇ ਤਾਂ ਮੈਨੂੰ ਨਹੀਂ ਪਤਾ ਕਦੀ ਨੇ ਪੁੱਛਿਆ ਕਿਸੇ ਨੇ ਨਹੀਂ ਆ ਪੁੱਛਦੇ ਵੀ ਨਹੀਂ ਤਾਂ ਬਹੁਤ ਐਂਡ 'ਚ ਹੁੰਦੀ ਹੈ ਪਰ ਬਹੁਤ ਇੰਪੋਰਟੈਂਟ ਚੀਜ਼ ਹੈ ਕੋਈ ਪੰਜ ਐਸੀ ਫਿਲਮ ਜੋ ਤੁਸੀਂ ਰਿਕਮੈਂਡ ਕਰਦੇ ਹੋ ਸਿਨੇਮਾ ਲਵਰਸ ਨੂੰ ਜਿਹੜੀਆਂ ਪੁਆਇੰਟ ਆਫ ਵਿਊ ਬਦਲ ਸਕਦੀਆਂ ਨੇ ਐਜ਼ ਸਿਨੇਮਾ ਐਜ਼ ਮੈਂਟਲ ਹੈਲਥ ਜਾਂ ਫਿਰ ਇੱਕ ਮੋਟੀਵੇਟ ਫਿਲਮਸ ਹੁੰਦੀਆਂ ਨੇ ਬੇਸਿਕਲੀ ਸਾਡੀ ਸਾਰੀ ਸਿਨੇਮਾ ਦਾ ਮਤਲਬ ਵੀ ਇਹੀ ਹੈ ਟੂ ਇਨਕਰੇਜ ਪੀਪਲ ਮੈਂਟਲ ਹੈਲਥ ਬਹੁਤ ਬੜਾ ਇੱਕ ਇਸ਼ੂ ਰਾਈਟ ਨਾ ਔਰ ਸਿਨੇਮਾ ਬਹੁਤ ਬੜਾ ਉਹਦੇ ਵਿੱਚ ਰੋਲ ਪਲੇ ਕਰ ਰਿਹਾ ਸੋ ਆਈ ਰੀਅਲੀ ਵਾਂਟ ਮੈਂ ਕਿਉਂਕਿ ਮੈਂ ਇਸ ਬਾਰੇ ਤਾਂ ਕਦੀ ਗੱਲ ਹੋਈ ਨਹੀਂ ਮੇਰੀ ਬਟ ਮੈਂ ਵੀ ਜਾਣਨਾ ਚਾਹੁੰਦੀ ਕਿ ਕੋਈ ਐਸੀ ਪੰਜ ਫਿਲਮਾਂ ਜੋ ਤੁਸੀਂ ਰਿਕਮੈਂਡ ਕਰਨਾ ਚਾਹੁੰਦੇ ਹੋ ਇੱਕ ਫਿਲਮ ਹੈ ਸਿਨੇਮਾ ਪੈਰਾਡਾਈਸੋ ਸਿਨੇਮਾ ਬਾਰੇ ਉਹ ਇੱਕ ਹੈਡ ਆਨ ਓਕੇ ਮਤਲਬ ਇਹ ਫਿਲਮ ਹੈ ਜੋ ਮੈਂ ਆਪ ਪਰਸਨਲੀ ਬਹੁਤ ਵਾਰ ਵਾਰ ਦੇਖਦਾ ਓਕੇ ਔਰ ਇੱਕ ਦੇਵੀ ਜੋ ਮੈਂ ਬਹੁਤ ਦੇਖਦਾ ਇਨ ਆਈ ਦੈਟਸ ਦ ਫਰਸਟ ਫਿਲਮ ਜਿਸਨੇ ਮੈਨੂੰ ਹਿੱਟ ਕੀਤਾ ਇੱਕ ਫਿਲਮ ਹੈ ਐਨ ਅਫੇਅਰ ਆਫ ਲਵ ਜਗਦੀਪ ਸਿਰਫ ਸਰਗੁਣਾ ਕੰਮ ਕਰਦਾ ਇਜ਼ ਇਟ ਅ ਰਿਐਲਿਟੀ ਸਰਗੁਣਾ ਮੈਂ ਦੋ ਹੀ ਫਿਲਮਾਂ ਕੀਤੀਆਂ ਬਸ ਬਟ ਇਸੇ ਕਿ ਡਾਇਰੈਕਟ ਉਹ ਉਦੋਂ ਹੀ ਕਰਨਾ ਚਾਹੁੰਦੇ ਮਤਲਬ ਜਿੱਦਾਂ ਹੁਣ ਇਹ ਹੁੰਦਾ ਨਾ ਕਿ ਮੈਂ ਸਿਰਫ ਅਮਰਿੰਦਰ ਗਿੱਲ ਨੂੰ ਪ੍ਰਮੋਟ ਕਰਦੀ ਹਾਂ ਮਤਲਬ ਰਾਣੀ ਤੱਕ ਮੈਨੂੰ ਕਦੀ ਆ ਕੇ ਹਰਮਨ ਭਾਜੀ ਨੇ ਕਦੀ ਨਹੀਂ ਕਿਹਾ ਮੈਂ ਉਹਨਾਂ ਨੂੰ ਕਦੀ ਮਿਲੀ ਵੀ ਨਹੀਂ ਸੀਗੀ ਔਰ ਆਈ ਨੈਵਰ ਮੈਂ ਹਰਜੀਤ ਦੇ ਵਿੱਚ ਮੈਂ ਕਦੀ ਮਿਲੀ ਵੀ ਨਹੀਂ ਔਰ ਜਦੋਂ ਮੈਂ ਕਈ ਵਾਰ ਸੋਚਦੀ ਹਾਂ ਕਿ ਅੰਮ੍ਰਿਤਾ ਪ੍ਰੀਤਮ ਜਾਂ ਪਾਸ਼ ਮੈਂ ਬਹੁਤ ਸਾਰੀ ਸਟੋਰੀਜ਼ ਤਾਂ ਮੈਂ ਕਿਹਾ ਉਹ ਲੋਕ ਤਾਂ ਹੈ ਹੀ ਨਹੀਂ ਉਹਨਾਂ ਨੇ ਆ ਕੇ ਕਿੱਧਰੋਂ ਕਹਿ ਦੇਣਾ ਬਹੁਤ ਸਾਰੇ ਲੋਕ ਲਿਖ ਰਹੇ ਨੇ ਪਰ ਪੜ੍ਹਨ ਵਾਲਾ ਉਹਨਾਂ ਨੂੰ ਕੋਈ ਨਹੀਂ ਹੈ ਸੋ ਆਈ ਵਾਂਟ ਕੁਛ ਐਸੀ ਕੋਈ ਟਿਪ ਨੋਟ ਐਗਜੈਕਟਲੀ ਟਿਪ ਬਟ ਐਸੀ ਸਿਚੁਏਸ਼ਨਸ ਹੁੰਦੇ ਪ੍ਰੋਕੋਨਸ ਹੁੰਦੇ ਜੋ ਜਿਹਨਾਂ ਨੂੰ ਸਮਝ ਆਵੇ ਕਿ ਇਹ ਚੀਜ਼ ਆਪਾਂ ਬੈਟਰ ਕਰ ਸਕਦੇ ਸਾਡੀ ਜਿਹੜੀ ਇੰਡਸਟਰੀ ਹੈ ਨਾ ਮਤਲਬ ਜੋ ਪੰਜਾਬੀ ਇੰਡਸਟਰੀ ਉਹਦੇ 'ਚ ਕਾਮੇਡੀ ਫਿਲਮਾਂ ਦਾ ਬਹੁਤ ਪ੍ਰਭਾਵ ਹੈ ਇਸ ਟਾਈਮ ਇਹ ਨਹੀਂ ਗਾ ਕਿ ਹਮੇਸ਼ਾ ਤੋਂ ਇਹੋ ਜਿਹੀਆਂ ਸੀ ਜਦੋਂ ਗੁੱਗੂ ਜੀ ਹੋਰੀ ਹੁੰਦੇ ਸੀਗੇ ਯੋਗਰਾਜ ਜੀ ਉਹਨਾਂ ਦਾ ਜਿਹੜਾ ਟਾਈਮ ਸੀਗਾ ਉਦੋਂ ਇੱਕ ਡਿਫਰੈਂਟ ਸਟਾਈਲ ਦੀਆਂ ਫਿਲਮਾਂ ਬਣਦੀਆਂ ਸੀ ਉਸ ਤੋਂ ਪਹਿਲਾਂ ਜਦੋਂ ਵੀਰੇਂਦਰ ਜੀ ਸੀਗੇ ਉਦੋਂ ਇੱਕ ਅੱਡ ਸਟਾਈਲ ਦੀਆਂ ਫਿਲਮਾਂ ਬਣਦੀਆਂ ਸੀ ਹਾਂ ਉਦੋਂ ਸਤੀਸ਼ ਕੌਸ਼ਿਕ ਜੀ ਸੀ ਉਦੋਂ ਇੱਕ ਅੱਡ ਸਟਾਈਲ ਸੀਗਾ ਬਟ ਉਦੋਂ ਬਹੁਤ ਸਾਰੀਆਂ ਫਿਲਮਾਂ ਮਤਲਬ ਲਾਈਕ ਮੜੀ ਦਾ ਦੀਵਾ ਚੰਨ ਪਰਦੇਸੀ ਮਤਲਬ ਉਹ ਕਲਾਸਿਕ ਫਿਲਮ ਹੈ ਨਾ ਉਹ ਹਿੰਦੀ ਦੀਆਂ ਫਿਲਮਾਂ ਨੂੰ ਟੱਕਰ ਦਿੰਦੇ ਸੀ ਵਾਰਿਸ ਮਤਲਬ ਆਲਮੋਸਟ ਪੰਜਾਬੀ ਫਿਲਮ ਸੀ ਜਿਹਨੂੰ ਚੱਕ ਕੇ ਉੱਧਰ ਬਣਾਇਆ ਗਿਆ ਤੇ ਉਦੋਂ ਸਾਡਾ ਸਿਨੇਮਾ ਰਾਈਟ ਟਰੈਕ ਤੇ ਸੀਗਾ ਹਨਾ ਫਿਰ ਹੌਲੀ ਇੱਕ ਦਿਨ ਇੱਕ ਮਤਲਬ ਜਦੋਂ ਗੁੱਗੂ ਜੀ ਹੋਰਾਂ ਦਾ ਆਇਆ ਉਦੋਂ ਸਾਡਾ ਅਸੀਂ ਪਾਕਿਸਤਾਨ ਦੇ ਸਿਨੇਮਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਉੱਥੇ ਜੋ ਚੱਲਦਾ ਸੀਗਾ ਉਹ ਇੱਧਰ ਬਣਦਾ ਸੀ ਉਸੇ ਸਟਾਈਲ ਦੇ ਐਕਟਰ ਉਸੇ ਸਟਾਈਲ ਦੀਆਂ ਫਿਲਮਾਂ ਕੁਝ ਫਿਲਮਾਂ ਜਿਹੜੀਆਂ ਸੀ ਉਧਰੋਂ ਕਾਪੀ ਵੀ ਕੀਤੀਆਂ ਮੇਜਰਲੀ ਮੇਜਰ ਚੰਕਸ ਮਤਲਬ ਆਈ ਹੋਪ ਕਿ ਉਹ ਵੀ ਕਿਸ ਦਿਨ ਆਪਾਂ ਉਸ ਤੇ ਗੱਲ ਕਰੀਏ ਤੇ ਉਸ ਉਧਰੋਂ ਸੀਗਾ ਉਸ ਤੋਂ ਬਾਅਦ ਪੰਜਾਬੀ ਸਿਨੇਮਾ ਮਤਲਬ ਬਿਲਕੁਲ ਹੀ ਖਤਮ ਹੋ ਗਿਆ ਸੀਗਾ ਐਂਡ ਫਿਰ ਮੰਜੀ ਉਹ ਵਾਪਸ ਲੈ ਕੇ ਆਏ ਜੀ ਆਇਆਂ ਨੂੰ ਹਨਾ ਤਾਂ ਉਹ ਇੱਕ ਅੱਡ ਤਰੀਕੇ ਦਾ ਸਿਨੇਮਾ ਸ਼ੁਰੂ ਹੋਇਆ ਫਿਰ ਬਹੁਤ ਥੋੜ੍ਹਾ ਜਿਹਾ ਅੱਗੇ ਜਾ ਕੇ ਜਿੱਥੋਂ ਮਤਲਬ ਸਾਲ 'ਚ ਇੱਕ ਦੋ ਤਿੰਨ ਤਿੰਨ ਫਿਲਮਾਂ ਫਿਰ ਅਨੁਰਾਗ ਸਰ ਆ ਗਏ ਗੁਗਨੂ ਭਾਈ ਆ ਗਿਆ ਹਨਾ ਤਾਂ ਥੋੜ੍ਹੇ ਥੋੜ੍ਹੇ ਹੋਰ ਫਿਲਮ ਮੇਕਰ ਜੁੜਨ ਲੱਗ ਗਏ ਐਂਡ ਦੈਨ ਫਿਰ ਸਡਨਲੀ ਕੈਰੀ ਔਨ ਜੱਟਾ ਆਈ ਇੱਕ ਫਿਲਮ ਉਹ ਜਿਹੜਾ ਸਡਨਲੀ ਸੀਗਾ
ਉਹ ਬਹੁਤ ਜ਼ਿਆਦਾ ਆਈ ਥਿੰਕ ਇੰਪੋਰਟੈਂਟ ਔਰ ਟਵਿਸਟ ਟਰਨ ਵਾਲਾ ਪੁਆਇੰਟ ਸੀ ਹਾਂ ਕਿਉਂਕਿ ਔਰ ਉਹ ਫਿਲਮ ਇੰਨੀ ਜ਼ਿਆਦਾ ਹਿੱਟ ਹੋਈ ਇੰਨੀ ਜ਼ਿਆਦਾ ਚੱਲੀ ਅਤੇ ਜਿਵੇਂ ਹੁਣ ਪੰਜਾਬ 'ਚ ਹਰ ਸਿੰਗਰ ਕਹਿ ਰਹੇ ਹੋ ਕਿ ਆਪਾਂ ਹੀਰੋ ਬਣ ਜਾਂਦਾ ਉਦੋਂ ਜਿਹੜੇ ਉਹ ਫਿਲਮ ਦੇ ਵਿੱਚ ਆਰਟਿਸਟ ਸੀਗੇ ਜਿਹੜੇ ਕੋਮੇਡੀਅਨ ਸੀਗੇ ਹੁਣ ਉਹ ਸਾਰੇ ਆਲਰੇਡੀ ਉਹਨਾਂ ਦੀਆਂ ਕੈਸਟਾਂ ਆਉਂਦੀਆਂ ਹੁੰਦੀਆਂ ਸੀਗੀਆਂ ਚਾਹੇ ਉਹ ਭੱਲਾ ਸਾਹਿਬ ਸੀ ਚਾਹੇ ਉਹ ਘੁੱਗੀ ਭਾਜੀ ਸੀਗੇ ਹੈ ਨਾ ਉਹਨਾਂ ਸਾਰਿਆਂ ਦੀਆਂ ਕੈਸਟਾਂ ਆਉਂਦੀਆਂ ਹੁੰਦੀਆਂ ਸੀ ਤਾਂ ਉਹ ਲੋਕ ਉਹਨਾਂ ਦਾ ਉਹਨਾਂ ਦੀ ਫੈਨ ਫੋਲੋਇੰਗ ਉਹਨਾਂ ਨਾਲ ਲੋਕ ਬਹੁਤ ਜੁੜੇ ਸੀ ਉਹਨਾਂ ਨੂੰ ਆਡੀਓ ਸੁਣ ਸੁਣ ਕੇ ਲੋਕ ਔਰ ਡੀਵੀਡੀ ਦਾ ਦੌਰ ਆ ਗਿਆ ਸੀਗਾ ਤਾਂ ਸ਼ਨਕਾਟੇ ਦੀ ਡੀਵੀਡੀ ਤਾਂ ਲੋਕ ਬਹੁਤ ਪਸੰਦ ਕਰ ਰਹੇ ਸੀਗੇ ਉਸ ਸਟਾਈਲ ਨੂੰ ਤੇ ਉਹ ਸਡਨਲੀ ਇੱਕ ਫਿਲਮ ਇਹੋ ਜਿਹੀ ਆਈ ਕਿ ਤੁਹਾਨੂੰ ਹੀਰੋ ਮਿਲਦੇ ਨਹੀਂ ਹੈ ਹੀਰੋ ਉਦੋਂ ਬਹੁਤ ਘੱਟ ਸੀਗੇ ਦੋ ਤਿੰਨ ਹੀਰੋ ਸੀ ਪੰਜਾਬ 'ਚ ਤਾਂ ਉਸ 'ਤੇ ਲੋਕਾਂ ਨੇ ਰਿਲਾਈ ਕਰਨਾ ਸ਼ੁਰੂ ਕਰਤਾ ਔਰ ਫਿਰ ਬਹੁਤ ਉਹ ਹਜੇ ਤਾਈਂ ਵੀ ਚੱਲ ਰਿਹਾ ਕਿ ਉਹ ਫਿਲਮਾਂ ਦਾ ਦਬਦਬਾ ਹੈ ਸੋ ਹਰ ਬੰਦੇ ਨੂੰ ਲੱਗਦਾ ਹੈ ਕਿ ਯਾਰ ਐਕਸਪੈਰੀਮੈਂਟ ਨਾ ਕਰੋ ਇੱਕ ਐਕਸਪੈਰੀਮੈਂਟ ਕਰਦਾ ਨਹੀਂ ਚੱਲਦੀ ਚਲੋ ਕੋਮੇਡੀ ਜੋ ਚੱਲਦਾ ਤੋ ਕਿਤੇ ਨਾ ਕਿਤੇ ਜੋ ਪ੍ਰੋਡਿਊਸਰਾਂ ਦਾ ਪੈਸਾ ਹੈ ਜਾਂ ਜੋ ਕਮਰਸ਼ੀਅਲ ਚੀਜ਼ਾਂ ਹੈ ਉਹ ਮੈਨੂੰ ਲੱਗਦਾ ਕਿ ਹੋਰ ਪਾਸੇ ਸੋਚਣ ਨਹੀਂ ਦੇ ਰਹੀਆਂ ਹਰ ਬੰਦਾ ਐਫਰਟ ਕਰਦਾ ਹਰ ਕਿਸੇ ਵੀ ਪ੍ਰੋਡਕਸ਼ਨ ਹਾਊਸ ਨੇ ਚਾਹੇ ਗਿੱਪੀ ਬਾਈ ਦੇ ਪ੍ਰੋਡਕਸ਼ਨ ਹਾਊਸ ਨੇ ਉਹਨਾਂ ਨੇ ਵੀ ਚਾਰ ਸਬਜੈਕਟਿਵ ਫਿਲਮਾਂ ਬਣਾਈਆਂ ਹੋਣੀਆਂ ਦਿਲਜੀਤ ਬਾਈ ਨੇ ਵੀ ਐਫਰਟਸ ਕੀਤੇ ਹੈ ਐਮੀ ਨੇ ਵੀ ਕੀਤੇ ਹੈ ਹਰ ਬੰਦਾ ਹਰ ਡਾਇਰੈਕਟਰ ਕਰ ਰਿਹਾ ਹਰ ਰਾਈਟਰ ਕਰ ਰਿਹਾ ਬਟ ਉਹਦਾ ਇਹੀ ਹੈ ਕਿ ਉਹ ਹੌਲੀ ਹੌਲੀ ਚੇਂਜ ਹੋਊਗਾ ਇੱਕਦਮ ਨਹੀਂ ਚੇਂਜ ਹੋ ਸਕਦਾ ਕਿ ਜਿਵੇਂ ਜਿਵੇਂ ਫਿਲਮਾਂ ਸਕਸੈਸਫੁਲ ਹੋਣਗੀਆਂ ਜਿਵੇਂ ਅਰਦਾਸ ਕਰਾਂ ਨਾ ਇੱਕ ਡਿਫਰੈਂਟ ਜੋਨਰ ਉਹ 'ਚ ਕਾਮੇਡੀ ਨੇਗੀ ਤਾਂ ਉਹ ਇੱਕ ਫਿਲਮ ਚੱਲੀ ਹੈ ਕਿਸਮਤ ਚੱਲੀ ਹੈ ਇਹੋ ਜਿਹੀਆਂ ਫਿਲਮਾਂ ਜਦੋਂ ਚੱਲਣਗੀਆਂ ਤਾਂ ਸ਼ਾਇਦ ਹੌਲੀ ਹੌਲੀ ਨਵੇਂ ਸਬਜੈਕਟ ਨਵੀਆਂ ਚੀਜ਼ਾਂ ਆਉਣਗੀਆਂ ਬਟ ਜਿੱਦਾਂ ਤੁਸੀਂ ਕਿਹਾ ਇੱਕ ਐਕਟਰ ਬਣਨ ਦੇ ਲਈ ਹੈ ਨਾ ਮਤਲਬ ਠੀਕ ਹੈ ਇਹ ਪੈਸ਼ਨ ਆ ਜਿਵੇਂ ਸਟਾਰਟਿੰਗ 'ਚ ਕਿਹਾ ਸੀਗਾ ਬਟ ਇਹ ਪੈਸ਼ਨ ਇੱਕ ਪ੍ਰੋਫੈਸ਼ਨ ਆ ਡੋਂਟ ਯੂ ਥਿੰਕ ਕਿ ਜਿਹੜੇ ਛੋਟੇ ਚਾਰ ਪੰਜ ਅਗਰ ਆਪਾਂ ਬੜੇ ਪ੍ਰੋਡਕਸ਼ਨ ਹਾਊਸ ਨੂੰ ਛੱਡ ਦਈਏ ਉਹ ਐਕਸਪੈਰੀਮੈਂਟ ਕਰ ਸਕਦੇ ਨੇ ਔਰ ਉਹ ਕਰਦੇ ਵੀ ਨੇ ਔਰ ਮੈਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਉਹ ਜਿੰਨਾ ਬਜਟ ਕਰੋ ਉਹਨਾਂ ਦਾ ਬਜਟ ਲੱਗਦਾ ਹੈ ਉਹਨਾਂ ਨੂੰ ਮੁਨਾਫਾ ਵੀ ਨਹੀਂ ਹੁੰਦਾ ਬਟ ਸਟਿਲ ਦੇ ਆਰ ਮੇਕਿੰਗ ਇਟ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਬਿਜ਼ਨਸ ਆ ਔਰ ਬਿਜ਼ਨਸ ਦੇ ਨਾਲ ਆਪਣਾ ਪੈਸ਼ਨ ਹੀ ਫੋਲੋ ਕਰਦੇ ਨੇ ਪਰ ਬਹੁਤ ਸਾਰੇ ਐਸੇ ਲੋਕ ਨੇ ਆਈ ਥਿੰਕ ਮੈਨੂੰ ਇਹ ਲੱਗਦਾ ਹੈ ਮੇਰਾ ਪਰਸਨਲ ਮੰਨਣਾ ਹੈ ਕਿ ਅਨਇੰਪਲੋਇਮੈਂਟ ਜਿਹੜਾ ਆ ਉਹ ਬਹੁਤ ਬੜਾ ਇਸ ਟਾਈਮ ਪ੍ਰੋਬਲਮ ਆ ਜਿਹਦੇ ਕਰਕੇ ਸਾਡੇ ਕੋਲ ਸਿਰਫ ਯੂਥ ਕੋਲ ਦੋ ਰੀਜ਼ਨ ਰਹਿ ਜਾਂਦੇ ਜਾਂ ਤਾਂ ਉਹ ਆਰਟਿਸਟ ਬਣ ਜਾਣ ਜਾਂ ਉਹ ਅਬਰੋਡ ਚਲੇ ਜਾਣ ਮਤਲਬ ਇਹ ਬਹੁਤ ਸੀਰੀਅਸ ਚੀਜ਼ ਇਸ ਲਈ ਹੈ ਕਿਉਂਕਿ ਟਿਕਟੋਕ ਐਵਰੀਥਿੰਗ ਇਜ਼ ਗੁੱਡ ਪਰ ਐਜੂਕੇਸ਼ਨ ਮੈਨੂੰ ਲੱਗਦਾ ਬਹੁਤ ਇੰਪੋਰਟੈਂਟ ਆ ਉਹ ਇਸ ਤਰ੍ਹਾਂ ਦੀ ਚੀਜ਼ਾਂ ਤੋਂ ਇਨਫਲੂਐਂਸ ਹੁੰਦੇ ਨੇ ਉਹ ਲੱਗਦਾ ਕਿ ਕਿਉਂਕਿ ਗਾਣਾ ਬਣਾਉਣਾ ਵੀ ਅੱਜ ਕੱਲ੍ਹ ਬਹੁਤ ਸਸਤਾ ਹੋ ਚੁੱਕਾ ਹੈ ਬਹੁਤ ਸਸਤਾ ਪ੍ਰੋਡਕਸ਼ਨ ਹੋ ਚੁੱਕਾ ਹੈ ਉਹ ਜਿਹੜੇ ਹੁੰਦੇ ਨੇ ਕਿ ਮੈਂਟਲ ਹੈਲਥ 'ਤੇ ਵੀ ਕਿਤੇ ਨਾ ਕਿਤੇ ਇੰਨਾ ਕੁ ਜ਼ਿਆਦਾ ਪ੍ਰਭਾਵ ਕਰਦਾ ਕਿ ਨਾ ਉਹ 30 'ਚ ਨਾ 13 'ਚ ਸੋ ਵਾਟ ਡੂ ਯੂ ਥਿੰਕ ਕਿ ਜਿਹੜੇ ਲੋਕ ਅਨਇੰਪਲੋਇਮੈਂਟ ਕਹਿ ਲਓ ਜਾਂ ਕੰਮ ਨਹੀਂ ਕਰਨਾ ਵਾਟ ਐਵਰ ਦਾ ਰੀਜ਼ਨ ਇਹ ਜਿਹੜਾ ਫੇਮ ਅਟਰੈਕਟ ਕਰਦਾ ਆ ਉਹਦੇ ਲਈ ਆਪਾਂ ਕੀ ਕਰ ਸਕਦੇ ਹਾਊ ਟੂ ਟੈਲ ਐਵਰੀ ਵਨ ਕਿ ਇਹ ਇੱਕ ਪੈਸ਼ਨ ਦੇ ਨਾਲ ਨਾਲ ਬਹੁਤ ਸਟ੍ਰਿਕਟ ਪ੍ਰੋਫੈਸ਼ਨ ਵੀ ਆ ਆਪਣੀ ਜ਼ਿੰਦਗੀ ਦੇ ਜਿਹੜੇ ਕਾਲਜ ਤੋਂ ਨਿਕਲਦੇ ਨੇ ਬਹੁਤ ਸਾਰਾ ਟਾਈਮ ਸਿਰਫ ਐਸ਼ ਵਿੱਚ ਨਿਕਲ ਜਾਂਦਾ ਔਰ ਵਨ ਡੇ ਦੇ ਰਿਅਲਾਈਜ਼ ਕਿ ਇਹ ਤਾਂ ਵੇਸਟ ਹੋ ਗਿਆ ਜਿਹੜੀ ਉਮਰ ਉਹ ਜਿਹੜੀ ਐਨਰਜੀ ਸੀਗੀ ਉਹ ਬਹੁਤ ਜ਼ਿਆਦਾ ਜਿਹੜੀ ਚਮਕ ਹੈਗੀ ਆ ਉਹ ਚਮਕ ਨੂੰ ਪਾਉਣ ਲਈ ਬਹੁਤ ਡਾਰਕ ਹੁੰਦਾ ਆ ਸੋ ਵਟ ਉਹਨਾਂ ਨੂੰ ਆਪਾਂ ਮੈਂ ਰੀਅਲੀ ਚਾਹੁੰਦੀ ਹਾਂ ਕਿਉਂਕਿ ਨਾ ਇੱਕ ਵਾਰੀ ਮੈਂ ਇੱਕ ਛੋਟੇ ਜਿਹੇ ਮੀਡੀਆ ਹਾਊਸ 'ਚ ਕੰਮ ਕੀਤਾ ਅਤੇ ਉੱਥੇ ਮੈਂ ਰਿਅਲਾਈਜ਼ ਕੀਤਾ ਕਿ 3 ਲੱਖ ਰੁਪਏ ਲੱਗਦਾ ਹੈ ਇੱਕ ਫੀਸ ਮੀਡੀਆ ਕੋਰਸ ਲਈ ਔਰ ਮਾਂ ਬਾਪ ਜਦੋਂ ਮੈਂ ਨਹੀਂ ਪੜ੍ਹੀ ਹਾਂ ਬਟ ਅਗਰ ਮੇਰੇ ਨਾਲ ਮੇਰੀ ਕਜ਼ਨ ਕਵੇ ਕਿ ਮੈਂ ਕੱਲ੍ਹ ਨੂੰ ਕੋਰਸ ਕਰਨਾ ਆ ਪਹਿਲਾਂ ਲੋਕ ਆਉਂਦੇ ਆ ਕਿ 3 ਲੱਖ ਲਾ ਕੇ ਮੀਡੀਆ 'ਚ ਕੋਈ ਤੁਹਾਨੂੰ ਆਏਗਾ ਨਹੀਂ ਆਏਗਾ ਯੂ ਨੈਵਰ ਨੋ ਦੇਰ ਇਜ਼ ਨੋ ਜੋਬਸ ਕਿਉਂਕਿ ਉਹਨਾਂ ਲੱਗਦਾ ਕਿ ਸਾਰਾ ਕੁਛ ਹਾਲੇ ਪਹਿਲੇ ਵਾਂਗ ਹੀ ਹੁੰਦਾ ਆ ਦੇਰ ਇਜ਼ ਨੈਪੋਟਿਜ਼ਮ ਯੂ ਕੈਨ ਸੇ ਔਰ ਅਦਰ ਵਰਡਸ ਸੋ ਆਈ ਵਾਂਟ ਕਿ ਆਪਾਂ ਜਿਹੜਾ ਨਵਾਂ ਨਵੀਂ ਪਨੀਰੀ ਆ ਜਾਂ ਫਿਰ ਜਿਹੜੇ ਹੁਣੇ ਵੀ ਲੋਕ ਕੰਮ ਕਰ ਰਹੇ ਆ ਆਈ ਰੀਅਲੀ ਵਾਂਟ ਯੂ ਟੂ ਕਨਵੇ ਦਿਸ ਮੈਸੇਜ ਕਿ ਇਹ ਬਹੁਤ ਡਾਰਕ ਆ ਜਸਟ ਲਾਈਕ ਅਦਰ ਪ੍ਰੋਫੈਸ਼ਨ 8 ਸਾਲ ਲੱਗਦੇ ਸੀ ਏ ਬਣਨ ਨੂੰ ਲੋਕ ਕੁਇਟ ਨਹੀਂ ਕਰਦੇ ਪਰ ਇੱਥੇ ਪ੍ਰੋਬਲਮ ਇਹ ਆ ਕਿ ਚਾਹੁੰਦੇ ਕਿ ਆਪਾਂ ਹੁਣੇ ਆਈਏ ਹੁਣੇ ਸਟਾਰ ਬਣੀਏ ਉਹ ਪੇਸ਼ੈਂਸ ਕਿਵੇਂ ਹੋਣੇ ਚਾਹੀਦੇ ਐਕਚੁਅਲੀ ਜਿਹੜਾ ਹੁਣ ਇੰਡੀਆ ਲੈਵਲ ਤੇ ਮੈਨੂੰ ਲੱਗਦਾ ਹੈ ਇੰਡੀਆ ਲੈਵਲ ਤੇ ਬਾਕੀ ਪੌਪ 뮤직 ਬਿਲਕੁਲ ਖਤਮ ਹੋ ਗਿਆ ਤਾਂ ਪੂਰੇ ਇੰਡੀਆ ਦਾ ਜਿਹੜਾ 뮤직 ਹੈ ਉਹ ਸਾਡੇ ਪੰਜਾਬੀ 뮤직 ਨੇ ਟੇਕ ਓਵਰ ਕਰ ਲਿਆ ਤੇ ਜਿਹਦੇ ਕਰਕੇ ਉਹਦੀ ਚਮਕ ਹੋਰ ਵੱਧ ਗਈ ਇੱਕ ਟਾਈਮ ਹੁੰਦਾ ਸੀਗਾ ਕਿ ਜੋ ਕੰਪਨੀਆਂ ਜੋ 뮤직 ਕੰਪਨੀਆਂ ਉਹ ਆਰਟਿਸਟ ਲੱਭਦੀਆਂ ਹੁੰਦੀਆਂ ਸੀ ਕਿ ਯਾਰ ਕੋਈ ਵਧੀਆ ਗਾਉਣ ਵਾਲਾ ਮਿਲ ਜੇ ਅਸੀਂ ਉੱਤੇ ਪੈਸੇ ਲਾਈਏ ਹਨਾ ਉਦੋਂ ਕੰਪਨੀ ਪੈਸੇ ਦਿੰਦੀ ਸੀਗੀ ਅੱਜ ਕੱਲ੍ਹ ਕੰਪਨੀਆਂ ਪੈਸਾ ਲੈਂਦੀਆਂ ਔਰ ਹਰ ਬੰਦੇ ਨੂੰ ਲੱਗਦਾ ਹੈ ਕਿ ਯਾਰ ਲੋਕ ਓਨਾ ਪ੍ਰਿਪਰੇਸ਼ਨ ਨਹੀਂ ਕਰਦੇ ਬਹੁਤ ਸਿੰਪਲ ਜਿਹਾ ਤਰੀਕਾ ਹੈ ਕਿਸੇ ਵੀ 뮤직 ਟੀਚਰ ਕੋਲੇ ਜਾ ਕੇ 15 ਦਿਨ ਰਿਆਜ਼ ਕਰ ਲੈਂਦੇ ਵੀ ਆਹ ਇੱਕ ਗਾਣਾ ਸਿਖਾ ਦਿਓ ਮੈਨੂੰ ਗਾਉਣਾ ਹੈ ਨਾ ਅਤੇ ਉਹ ਕਰਕੇ ਬਾਕੀ ਆਟੋ ਟਿਊਨਰ ਹੈ ਔਰ ਉਹਦੇ ਨਾਲ ਥੋੜ੍ਹਾ ਬਹੁਤ ਠੀਕ ਕਰ ਲੈਂਦੇ ਆ ਫਿਰ ਗੱਲ ਰਹਿ ਜਾਂਦੀ ਹੈ ਵੀਡੀਓ ਦੀ ਹੈ ਨਾ ਜਿਹੜਾ ਥੋੜ੍ਹਾ ਬਹੁਤ ਸੋਹਣਾ ਹੈ ਢੰਗ ਦੀ ਮਾਡਲ ਲੈ ਕੇ ਠੀਕ ਠਾਕ ਜਿਹਾ ਵੀਡੀਓ ਬਣਾ ਕੇ ਜੇ ਕਲਿੱਕ ਹੋ ਗਿਆ ਬਸ ਠੀਕ ਹੈ ਫਿਰ ਤਾਂ ਉਹ ਇੱਕ ਹਰ ਬੰਦਾ ਐਫਰਟ ਮਾਰਦਾ ਹਰ ਬੰਦੇ ਨੂੰ ਲੱਗਦਾ ਮੈਂ ਬਣ ਸਕਦਾ ਮੈਂ ਗਾ ਸਕਦਾ
ਪਰ ਸੀਏ ਦੇ ਵਿੱਚ ਹਰ ਬੰਦੇ ਦਾ ਪੇਪਰ ਕਲੀਅਰ ਨਹੀਂ ਹੁੰਦਾ, ਨਹੀਂ ਹੁੰਦਾ। ਮੈਂ ਉਹ ਚਾਹਨੀ ਹੈ ਕਿ ਇਹਦੇ ਚ ਕੋਈ ਬੈਰੀਅਰ ਤਾਂ ਹੈ ਨਹੀਂ, ਤੁਹਾਡੇ ਤੇ ਕੋਈ ਤੁਹਾਨੂੰ ਰੋਕ ਨਹੀਂ ਸਕਦਾ। 8 ਸਾਲ ਦਾ ਵੀ ਬੈਰੀਅਰ ਨਹੀਂ, ਬੈਰੀਅਰ ਨਹੀਂਗਾ। ਹਰ ਬੰਦਾ ਟਰਾਈ ਕਰਦਾ, ਔਰ ਇਹ ਵੀ ਨਹੀਂਗਾ ਕਿ ਇਸ ਟਰਾਈ ਚ ਲੋਕ ਸਕਸੈਸਫੁਲ ਨਹੀਂ ਹੁੰਦੇ। ਬਹੁਤ ਸਾਰੇ ਇਹੋ ਜਿਹੇ ਸਿੰਗਰ ਵੀ ਹੈਗੇ ਆ ਜਿਹੜੇ ਓਨੇ ਸੁਰੀਲੇ ਨਹੀਂ ਗੇ, ਓਨਾ ਵਧੀਆ ਨਹੀਂ ਗੇ, ਮੈਕਸਿਮਮ ਲੋਕ ਐਸੇ ਹੈ, ਬਟ ਲੋਕ ਉਹਨਾਂ ਪਿੱਛੇ ਪਾਗਲ ਆ, ਉਹ ਸ਼ੋਅ ਲਾਉਂਦੇ ਆ ਅੱਜ ਵੀ, ਹਨਾ। ਤਾਂ ਹਰ ਬੰਦਾ ਉਹਨੂੰ ਦੇਖਦਾ, ਯਾਰ ਆ ਵੀ ਤਾਂ ਗਾਈ ਜਾਂਦਾ, ਨਿਆਜ਼ ਆ ਗਿਆ, ਕਾਫੀ ਸਾਰੇ ਨਾਮ ਇਹਨੀਅਰਸ। ਤਾਂ ਉਹ ਅਗਲਾ ਦੇਖਦਾ ਕਿ ਯਾਰ ਇਹਦਾ ਵੀ ਤਾਂ ਚੱਲੀ ਜਾਂਦਾ, ਮੇਰਾ ਵੀ ਚੱਲ ਜੂਗਾ, ਹਨਾ। ਹੁਣ ਲੋਕ ਇਹ ਐਗਜ਼ਾਮਪਲ ਨਹੀਂ ਦਿੰਦੇ ਕਿ ਯਾਰ ਉਹ ਕੀ ਦਲਜੀਤ ਭਾਜੀ ਹੈ ਜਾਂ ਕੋਈ ਵੱਡਾ ਬੰਦਾ, ਹਨਾ, ਜਾਂ ਮਾਨਕ ਸਾਹਿਬ ਹੈ ਜਾਂ ਗੁਰਦਾਸ ਮਾਨ ਹੈ, ਮੈਂ ਉਹਦੇ ਵਰਗਾ ਬਣਨਾ। ਲੋਕ ਆਪਦੇ ਲੈਵਲ ਜੇ ਤਾਂ ਲੱਭ ਲੈਂਦੇ ਯਾਰ, ਉਹਨੂੰ ਵੀ ਤਾਂ ਨਹੀਂ ਆਉਂਦਾ ਉਹਨਾਂ ਇਹ ਟੈਲੀਕਾਸਟ ਹੋਣਾ ਆ। ਹਾਂ ਸ਼ੋਕੇ ਮੈਂ ਕੋਈ ਨਾਮ ਨਹੀਂ ਲਿਆ, ਨਹੀਂ ਨਾਮ ਮਿਲਿਆ, ਬਟ ਐਵਰੀਬਾਡੀ ਨੋਜ਼। ਮੈਂ ਉਹੀ ਆ ਕਿ ਮੈਂ ਕਈ ਵਾਰ ਜਦੋਂ ਆਪਾਂ ਇੰਟਰਵਿਊ ਵੀ ਕਰਦੇ, ਮੇਰੀ ਲਾਈਫ 'ਚ ਬਹੁਤ ਐਸੇ ਐਕਸਪੀਰੀਅੰਸ ਆਏ ਆ ਕਿ ਜਿਹਨਾਂ ਲੋਕਾਂ ਨੂੰ ਬੋਲਣਾ ਨਹੀਂ ਆਉਂਦਾ, ਔਰ ਮੈਂ ਲਿਟਰਲੀ, ਕਿਉਂਕਿ ਆਫਿਸ ਤੋਂ ਪ੍ਰੈਸ਼ਰ ਹੁੰਦਾ ਸੀਗਾ ਕਿ ਤੁਹਾਨੂੰ ਆਪਣਾ ਸ਼ੋਅ ਨਹੀਂ ਤੁਸੀਂ ਕੰਪਰੋਮਾਈਜ਼ ਕਰ ਸਕਦੇ, ਤਾਂ ਆਪਾਂ ਆਨਸਰ ਲਿਖ ਕੇ ਦਿੰਦੇ ਸੀ ਕਿ ਮੈਂ ਇਹ ਸਵਾਲ ਕਰਾਂਗੀ, ਤੁਸੀਂ ਇਹ ਜਵਾਬ ਦੇਣਾ। ਉਹ ਅੱਜ ਕਿਤੇ ਵੀ ਸਟੈਂਡ ਨਹੀਂ ਕਰਦੇ, ਪਰ ਤੁਹਾਡੀ ਜੌਬ ਹੁੰਦੀ ਹੈ, ਤੁਹਾਨੂੰ ਕਰਨਾ ਪੈਂਦਾ ਆਪਣਾ ਹੀ ਸ਼ੋਅ ਚਮਕਾਉਣ ਦੇ ਲਈ। ਦ ਪੁਆਇੰਟ ਇਜ਼ ਦੈਟ ਕਿ ਦਲਜੀਤ, ਅਮਰਿੰਦਰ, ਗਿੱਪੀ, ਉਹ 15 ਸਾਲ 20 ਸਾਲ ਬਾਅਦ ਜਾ ਕੇ ਉਹ ਲੋਕ ਉਹ ਬਣੇ ਨੇ। ਉਹੀ ਚੀਜ਼ ਹੈ ਕਿ ਉਹ ਲੋਕ ਅੱਜ ਦਾ ਜਿਹੜਾ ਯੂਥ ਉਹ ਸਮਝਦਾ ਨਹੀਂ ਹੈ। ਪਹਿਲਾਂ ਹੁੰਦਾ ਸੀਗਾ ਕਿ ਉਹਨਾਂ ਟਾਈਮ ਲੱਗਦਾ ਸੀਗਾ, ਔਰ ਕਿਤੇ ਨਾ ਕਿਤੇ ਤੁਸੀਂ ਦਿਲਜੀਤ, ਗਿੱਪੀ, ਅਮਰਿੰਦਰ ਭਾਈ, ਐਮੀ, ਗੁਰਨਾਮ ਭੁੱਲਰ, ਜਿਹੜੇ ਵੀ ਇਹ ਅੱਜ ਇੰਡਸਟਰੀ 'ਚ ਵਧੀਆ ਕੰਮ ਕਰ ਰਹੇ ਆ ਜਾਂ ਜੋ ਸਕਸੈਸਫੁੱਲ ਹੈ, ਜੋ ਉੱਥੇ ਸਟੈਂਡ ਕਰ ਰਹੇ ਆ, ਦੇਵ ਭਾਈ, ਹੈ ਨਾ, ਇਹ ਉਹ ਬੰਦੇ ਹੈ ਜੋ ਬਹੁਤ ਕਿਸੇ ਹੈ, ਮਤਲਬ ਜਿਨ੍ਹਾਂ ਨੇ ਬਹੁਤ ਟਾਈਮ ਦਿੱਤਾ ਹੈ, ਐਂਡ ਆਫ ਦਾ ਡੇ ਉਹੀ ਬੰਦੇ ਖੜੇ ਆ, ਹਨਾ। ਹੁਣ ਗੁਰਨਾਮ ਦਾ ਲੋਕ ਕਹਿੰਦੇ ਕਿ ਡਾਇਮੰਡ ਤੋਂ ਸਟਾਰ ਬਣ ਗਿਆ ਰਾਤੋ ਰਾਤ, ਬਟ ਉਹ ਵਿਚਾਰਾ ਨਿੱਕੀ ਪੰਜਾਬ ਦੀ ਪੰਜਾਬ ਦੀ ਤੋਂ ਆਡੀਸ਼ਨ ਦੇਣ ਲੱਗਿਆ, ਹਨਾ, ਉਸ ਟਾਈਮ ਤੋਂ ਮਿਊਜ਼ਿਕ 'ਚ ਹੈ। ਸੋ ਕਿਤੇ ਨਾ ਕਿਤੇ ਲਾਸਟ 'ਚ ਉਹੀ ਬੰਦੇ ਟਿਕੇ ਰਹਿਣਗੇ ਜਿਹਨਾਂ ਦਾ ਬੇਸ ਸਟਰੋਂਗ ਹੋਊਗਾ, ਜਿਹਨਾਂ ਨੇ ਮਿਹਨਤ ਕੀਤੀ ਹੈ, ਜਿਹਨਾਂ ਨੂੰ ਉਸ ਇੰਡਸਟਰੀ, ਉਸ ਕੰਮ ਦੀ ਨੌਲੇਜ ਹੈ। ਤੇ ਬਾਕੀ ਹੁਣ 4 ਦਿਨ 5 ਦਿਨ 2 ਸਾਲ ਉਹ ਦੀ ਲਾਈਫ ਲਈ ਤਾਂ, ਬਿਕਾਜ਼ ਸਕਸੈਸ ਇਜ਼ ਜਸਟ ਇੱਕ ਦਿਨ ਲਈ ਹੁੰਦੀ ਹੈ, ਜਿਹੜੇ ਫੇਲੀਅਰਸ ਹੁੰਦੇ ਆ ਉਹ ਬਹੁਤ ਬੜੇ ਰਹਿੰਦੇ ਆ। ਸੋ ਫੇਲੀਅਰ ਤੋਂ ਮੈਨੂੰ ਯਾਦ ਆਇਆ ਕਿ ਜਦੋਂ 18 ਮਈ 2018 ਸ਼ੁੱਕਰਵਾਰ ਫਿਲਮ ਰਿਲੀਜ਼ ਹੋਈ ਸੀ ਹਰਜੀਤਾ, ਉਹ ਆਈ ਥਿੰਕ ਬਿਗੇਸਟ ਫੇਲੀਅਰ ਦੱਸਿਆ ਗਿਆ ਸੀਗਾ ਕਿ ਬਹੁਤ ਮਹਿੰਗੀ ਫਿਲਮ ਬਣੀ ਹੈ, ਔਰ ਪੰਕਜ ਤ੍ਰਿਪਾਠੀ ਵਰਗੇ ਬੜੇ ਐਕਟਰ ਨੇ, ਐਮੀ ਨੇ ਬਹੁਤ ਵੇਟ ਲੂਜ਼ ਕੀਤਾ ਹੈ, ਨਵੀਂ ਕੁੜੀ ਆਪਾਂ ਲਿੱਤੀ ਹੈ, ਜਿਸ 'ਤੇ ਬਹੁਤ ਸਾਰੇ ਲੋਕਾਂ ਨੇ ਉਹਦੇ ਕਲਰਲੀ ਕੰਪਲੈਕਸਲੀ ਉਹਨੂੰ ਬੋਲਿਆ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੋਈਆਂ। ਔਰ ਜਦੋਂ 9 ਅਗਸਤ 2019 ਦਾ ਸ਼ੁੱਕਰਵਾਰ ਆਇਆ, ਅਤੇ ਵੈਸੇ ਤਾਂ ਮੰਦਭਾਗਾ ਸੀ ਪੰਜਾਬੀ ਸਿਨੇਮਾ ਦੇ ਲਈ, ਪਰ ਜਦੋਂ ਇੱਕ ਪਾਸੇ ਖੁਸ਼ੀ ਦੀ ਗੱਲ ਇਹ ਸੀਗੀ ਕਿ ਉਸ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ, ਉਹ ਜਿਹੜਾ ਪੂਰਾ ਇੰਨੇ ਟਾਈਮ ਦਾ ਫੇਲੀਅਰ ਸੀਗਾ ਉਹ ਬਹੁਤ ਲੰਬਾ ਸੀ ਆਈ ਗੈਸ, ਉਹ ਕਿਵੇਂ ਫੇਸ ਕੀਤਾ? ਕਿਉਂਕਿ ਹੁਣ ਤਾਂ ਸਾਰੇ ਉਹੀ ਉਹੀ ਫਿਲਮ ਦੀ ਹੈਪੀਨੈਸ ਦੇ ਵਿੱਚ ਸਟੋਰੀਜ਼ ਹੋ ਰਹੀਆਂ ਨੇ, ਪਰ ਉਸ ਟਾਈਮ ਤੇ ਬਹੁਤ ਸਾਰਾ ਫਿਲਮ ਨੂੰ ਨਿੰਦਿਆ ਵੀ ਗਿਆ, ਕਿਉਂਕਿ ਪਹਿਲਾਂ ਜਦੋਂ ਫਿਲਮ ਦਾ ਟ੍ਰੇਲਰ ਆਇਆ ਸੀ ਉਹ ਕਾਫੀ ਪਸੰਦ ਕੀਤਾ ਸੀ, ਹਨਾ। ਫਿਲਮ ਆਈ ਤਾਂ ਸਭ ਨੂੰ ਸੀਗਾ, ਜੋ ਵੀ ਮਤਲਬ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਜੋ ਵੀ ਮਤਲਬ ਟੈਕਨੀਕਲ ਟੀਮ ਕਹਿ ਲਓ ਜਾਂ ਅੰਦਰ ਦੇ ਜਿਹੜੇ ਬੰਦੇ ਫਿਲਮ ਦੇਖਦੇ ਆ, ਤਾਂ ਸਾਰੇ ਬਹੁਤ ਜ਼ਿਆਦਾ ਖੁਸ਼ ਸੀ ਫਿਲਮ ਤੋਂ ਕਿ ਯਾਰ ਇਹ ਉਹ ਫਿਲਮ ਹੈ ਜੋ ਮਿਸਾਲ ਬਣੂਗੀ, ਇਹ ਹੋਊਗਾ, ਉਹ ਹੋਊਗਾ, ਬਹੁਤ ਵੱਡੀਆਂ ਵੱਡੀਆਂ ਗੱਲਾਂ ਸੀ। ਬਟ ਜਦੋਂ ਫਿਲਮ ਬੋਕਸ ਆਫਿਸ 'ਤੇ ਰਿਲੀਜ਼ ਨਹੀਂ ਹੋਈ, ਹੈ ਨਾ, ਤਾਂ ਸਡਨਲੀ ਤੁਸੀਂ ਉਹ ਫਿਲਮ 'ਚ ਕਮੀਆਂ ਲੱਭਣੀਆਂ ਸ਼ੁਰੂ ਕਰ ਦਿੰਦੇ ਹੋ। ਮੈਨੂੰ ਇਹ ਲੱਗਿਆ ਕਿ ਯਾਰ ਲੋਕਾਂ ਨੂੰ ਲੱਗਿਆ ਕਿ ਇੱਕ ਬਾਇਓਪਿਕ 'ਚ ਇੱਕ ਮੁੰਡਾ ਹੈ ਹਰਜੀਤ, ਉਹਦੀ ਬਾਇਓਪਿਕ 'ਚ ਹੈ, ਔਰ ਉਹੀ ਕਿਸੀਆਂ ਪਿੱਟੀਆਂ ਗੱਲਾਂ, ਔਰ ਮਤਲਬ ਰੂਟੀਨ ਦੀ ਫਿਲਮ ਹੋਊਗੀ, ਹੈ ਨਾ। ਲੋਕਾਂ ਨੂੰ ਉਮੀਦ ਨਹੀਂ ਸੀਗਾ ਵੀ ਯਾਰ ਇਸ ਲੈਵਲ ਦਾ ਕੰਟੈਂਟ ਵੀ ਇਹ ਫਿਲਮ 'ਚ ਹੋ ਸਕਦਾ। ਤਾਂ ਮੈਨੂੰ ਲੱਗਦਾ ਕਿ ਲੋਕ ਉਹ ਟਾਈਟਲ ਤੋਂ ਲੋਕਾਂ ਨੇ ਜ਼ਿਆਦਾ ਰਿਲੇਟ ਨਹੀਂ ਕੀਤਾ, ਮਾਈਟ ਵੀ ਰੋਂਗ ਹੋ ਸਕਦਾ, ਬਟ ਜਦੋਂ ਤੁਸੀਂ ਧੱਕੇ ਨਾਲ ਕਮੀਆਂ ਲੱਭਣੀਆਂ ਸ਼ੁਰੂ ਕਰ ਦਿੰਦੇ, ਹੈ ਨਾ, ਕਿਉਂਕਿ ਟਾਈਟਲ ਵੀ ਮੈਂ ਹੀ ਰੱਖਿਆ ਸੀਗਾ ਕਿ ਨਹੀਂ ਆਪਾਂ ਹਰਜੀਤਾ ਰੱਖਾਂਗੇ। ਅਤੇ ਇੱਕ ਉਹ ਚੀਜ਼ ਮੈਨੂੰ ਲੱਗਦੀ ਹੈ, ਇੱਕ ਮੈਨੂੰ ਦੂਜਾ ਚੀਜ਼ ਲੱਗਦੀ ਹੈ ਕਿ ਉਸ ਦੌਰਾਨ ਇਹੋ ਜਿਹੀਆਂ ਫਿਲਮਾਂ ਹਾਕੀ ਦੀਆਂ ਬਹੁਤ ਬੱਚਾ ਬਹੁਤ ਵਧੀਆ ਸੀਗਾ ਔਰ ਬਹੁਤ ਚੁਲਬਲਾ ਸੀਗਾ, ਸਡਨਲੀ ਐਮੀ ਦਾ ਕਰੈਕਟਰ ਸ਼ਾਂਤ ਹੋ ਜਾਂਦਾ ਹੈ ਤਾਂ ਫਿਲਮ ਬੈਠ ਜਾਂਦੀ ਹੈ, ਕੋਈ ਕੁਛ ਕਹਿੰਦਾ ਹੈ, ਕੋਈ ਕੁਛ, ਮਤਲਬ ਹਰ ਬੰਦਾ ਆਪਣੇ ਆਪਣੇ ਹਿਸਾਬ ਨਾਲ, ਤਾਂ ਕਿਤੇ ਨਾ ਕਿਤੇ ਉਹ ਚੀਜ਼ਾਂ ਹਰਟ ਹੁੰਦੀਆਂ ਸੀ ਕਿ ਯਾਰ ਮਤਲਬ ਵੀ ਹੁਣ ਧੱਕੇ ਨਾਲ ਤੁਸੀਂ ਉਹਦੇ ਚੋਂ ਨਾ ਵੀ ਨੁਕਤਾਚੀਨੀ ਸ਼ੁਰੂ ਹੋ ਗਈ ਹੈ, ਤੇ ਮਤਲਬ ਬਹੁਤ ਟਾਈਮ ਬੁਰਾ ਤਾਂ ਨਹੀਂ ਕਹਿ ਸਕਦੇ, ਬਟ ਕਿਤੇ ਨਾ ਕਿਤੇ ਦੁੱਖ ਸੀਗਾ ਕਿ ਯਾਰ ਉਹ ਫਿਲਮ ਡਿਜ਼ਰਵ ਕਰਦੀ ਸੀ, ਹੈ ਨਾ। ਤੇ
ਆਪਣੀਆਂ ਵੀ ਕੁਛ ਫਿਲਮਾਂ ਹੈ ਮਤਲਬ ਜਿਹੜੀਆਂ ਲੱਗਦੀਆਂ ਕਿ ਨਹੀਂ ਯਾਰ ਇਹ ਉਸ ਤੋਂ ਥੱਲੇ ਸੀਗੀਆਂ ਬਟ ਉਹ ਸਕਸੈਸਫੁਲ ਹੈ ਉਹੀ ਵਟ ਵਟ ਮਤਲਬ ਹੁੰਦਾ ਨਾ ਕਿ ਜਦੋਂ ਫਿਲਮ ਆਈ ਹੁਣ 9 ਅਗਸਤ ਦੀ ਮੈਂ ਗੱਲ ਕਰਦੀ ਹਾਂ ਤੇ ਹਰ ਜਿਹਨਾਂ ਲੋਕਾਂ ਨੇ ਇਹ ਕਿਹਾ ਕਿ ਫਿਲਮ ਬਹੁਤ ਮੇਰੇ ਕੋਲ ਹਲੇ ਵੀ ਆਪਾਂ ਅਗਰ ਆਰਟੀਕਲਸ ਖੋਲ ਸਕਦੇ ਤਾਂ ਆਰਟੀਕਲਸ ਹੈਗੇ ਆ ਕਲਰ ਕੰਪਲੈਕਸ਼ਨ ਤੇ ਵੀ ਮੈਨੂੰ ਯਾਦ ਹੈ ਕਿ ਜਿਹੜੀ ਫਿਲਮ ਦੀ ਹੀਰੋਇਨ ਸੀ ਰੂਪਾ ਵਾਲੀ ਉਹਨਾਂ ਦੇ ਕਲਰ ਕੰਪਲੈਕਸ਼ਨ ਤੇ ਵੀ ਬਹੁਤ ਲੋਕਾਂ ਨੇ ਕਮੈਂਟ ਕੀਤਾ ਕਿ ਸਾਵਲੇ ਰੰਗ ਦੀ ਕੁੜੀ ਕਿਉਂ ਹੈ ਤੇ ਮੈਨੂੰ ਲੱਗਾ ਕਿ ਸਾਡਾ ਮਾਈਂਡਸੈਟ ਹਲੇ ਵੀ ਨਹੀਂ ਬਦਲਿਆ ਜਿਹਨਾਂ ਲੋਕਾਂ ਕੋਲ ਅਥਾਰਿਟੀ ਹੈ ਬੋਲਣ ਦੀ ਉਹ ਲੋਕ ਹਲੇ ਵੀ ਪਹਿਲੀ ਗੱਲ ਤਾਂ ਕੋਈ ਇੱਥੇ ਫਿਕਸਡ ਅਥਾਰਿਟੀ ਨਹੀਂ ਆ ਮੈਨੂੰ ਉਸ ਚੀਜ਼ ਨੇ ਬਹੁਤ ਹਰਟ ਕੀਤਾ ਸੀਗਾ ਇੱਕ ਫਿਲਮ ਤੋਂ ਅਪਾਰਟ ਹੋ ਕੇ ਮੈਨੂੰ ਨਹੀਂ ਪਤਾ ਹੁਣ ਲੋਕ ਇਹਨੂੰ ਫੈਮਿਨਿਸਟ ਬੋਲਣਗੇ ਕੁਛ ਵੀ ਬੋਲਣਗੇ ਮੈਂ ਅਗਰ ਇਹ ਮੰਨਦੀ ਕਿ ਨਵਾਜ਼ੁਦੀਨ ਸਿੱਦੀਕੀ ਹੈਵ ਦਿਸ ਕਲਰ ਤੇ ਇਹਦਾ ਮਤਲਬ ਐਕਟਿੰਗ ਦੇ ਲਈ ਤੁਹਾਨੂੰ ਸੋਹਣੇ ਹੋਣਾ ਔਰ ਸੋਹਣੇ ਦਾ ਕੋਈ ਪੈਟਰਨ ਨਹੀਂ ਹੈ ਤੁਹਾਨੂੰ ਐਕਟਿੰਗ ਆਉਣੀ ਚਾਹੀਦੀ ਹੈ ਉਸ ਕੁੜੀ ਨੂੰ ਐਕਟਿੰਗ ਆਉਂਦੀ ਸੀਗੀ ਤੇ ਉਸਦੇ ਕਮੈਂਟ ਸੀਗਾ ਕਿ ਇਹ ਨੈਪੋਟਿਜ਼ਮ ਆ ਸੋ ਉਹ ਮੈਨੂੰ ਬਹੁਤ ਅਜੀਬ ਲੱਗਾ ਔਰ ਸਡਨਲੀ ਜਦੋਂ ਫਿਲਮ ਆ ਗਈ ਦੈਨ ਉਹੀ ਸਾਰੇ ਜਿਹੜੇ ਆਰਟੀਕਲ ਸੀ ਉਹ ਵਾਹ ਵਾਹ ਇਹਦੇ ਵਿੱਚ ਕੀ ਪ੍ਰਾਊਡ ਮੂਮੈਂਟ ਆ ਗਿਆ ਤਾਂ ਉਹੀ ਐਕਚੁਅਲੀ ਉਹ ਜਿਹੜਾ ਸਾਵਨ ਦਾ ਸੀਗਾ ਉਹ ਫਿਲਮ ਦੇ ਵਿੱਚ ਸਾਵਨ ਉਹਨੇ ਸਰਦਾਰ ਨਹੀਂ ਸਰ ਐਮੀ ਦੀ ਫਿਲਮ ਆਈ ਸੀ ਪੁਲਿਸ ਵਾਲੀ ਸਾਹਿਬ ਬਹਾਦਰ ਸਾਹਿਬ ਬਹਾਦਰ 'ਚ ਉਦੋਂ ਛੋਟਾ ਜਿਹਾ ਕਰੈਕਟਰ ਸੀਗਾ ਅਤੇ ਅਸੀਂ ਉਦੋਂ ਨਿੱਕਾ ਜਲਦਾ 2 ਲਈ ਇੱਕ ਕੁੜੀ ਲੱਭ ਰਹੇ ਸੀਗੇ ਕਿ ਸੈਕਿੰਡ ਲੀਡ ਲਈ ਸੋਨਮ ਫਾਈਨਲ ਸੀਗੀ ਅਤੇ ਐਮੀ ਨੇ ਮੈਂ ਐਮੀ ਨੂੰ ਮਿਲਿਆ ਅਤੇ ਐਮੀ ਮੈਨੂੰ ਕਹਿੰਦਾ ਯਾਰ ਸਾਡੇ ਨਾਲ ਉਦੋਂ ਸ਼ੂਟ ਚੱਲ ਰਿਹਾ ਸੀ ਵੀ ਇੱਕ ਕੁੜੀ ਹੈ ਉਹ ਪਰ ਮੈਨੂੰ ਲੱਗਦਾ ਕਿ ਉਹ ਵਧੀਆ ਐਕਟਰ ਹੈ ਅਤੇ ਉਹਨੇ ਮੈਨੂੰ ਨਾਮ ਦੱਸਿਆ ਸਾਵਨ ਮੈਂ ਕਿਹਾ ਯਾਰ ਨਾਮ ਵਧੀਆ ਕੁੜੀ ਫਿਲਮ 'ਚ ਹੋਵੇ ਨਾ ਹੋਵੇ ਯਾਰ ਨਾਮ ਜ਼ਰੂਰ ਹੋਵੇ ਸੋ ਮੈਂ ਉਹਦਾ ਜਿਹੜਾ ਨਿੱਕੇ ਜਿਹਾ 2 ਜਾਂ ਦੂਜੀ ਕੁੜੀ ਦਾ ਵਾਮਿਕਾ ਦਾ ਜੋ ਕਰੈਕਟਰ ਉਹ ਕਰੈਕਟਰ ਦਾ ਨਾਮ ਸਾਵਨ ਹੈ ਤੇ ਫਿਰ ਮੈਂ ਤੇ ਉਹ ਸਾਵਨ ਅਸੀਂ ਰੱਖੇ ਫਿਰ ਮੈਂ ਸਾਵਨ ਤੋਂ ਉਹਨੂੰ ਸੀਨ ਭੇਜਿਆ ਨਿੱਕਾ ਜਿਹਾ 2 ਦੇ ਇੱਕ ਸੀਨ ਮਤਲਬ ਆਡੀਸ਼ਨ ਲਈ ਔਰ ਉਹਨੇ ਜੈਨੂਅਨਲੀ ਬਹੁਤ ਵਧੀਆ ਕਰਕੇ ਭੇਜਿਆ ਸੀ ਉਹ ਐਂਡ ਮੈਂ 100% ਐਮੀ ਵੀ ਨੂੰ ਵਧੀਆ ਲੱਗਿਆ ਸੀ ਮੈਨੂੰ ਵਧੀਆ ਲੱਗਿਆ ਸੀ ਅਸੀਂ ਸ਼ੋਰ ਸੀਗੇ ਕਿ ਨਿੱਕਾ ਜੈਲਦਾ 2 ਦੇ ਵਿੱਚ ਉਹ ਸੈਕਿੰਡ ਕਰੈਕਟਰ ਸਾਵਨ ਪਲੇ ਕਰੇਗਾ ਬਟ ਐਨੀ ਹਾਊ ਲਾਸਟ ਮੂਮੈਂਟਸ ਫਿਰ ਹੋਰ ਸੀ ਫਿਰ ਐਂਡ ਵਾਮਿਕਾ ਆ ਗਈ ਉਹਦੇ 'ਚ ਹਨਾ ਥੋੜ੍ਹੀ ਸਟੈਬਲਿਸ਼ ਐਕਟਰ ਸੀ ਪ੍ਰੋਜੈਕਟ ਨੂੰ ਹੁੰਦਾ ਹੈ ਪ੍ਰੋਡਿਊਸਰਸ ਨੂੰ ਹੁੰਦਾ ਤਾਂ ਵਾਮਿਕਾ ਨੇ ਉਹ ਕਰੈਕਟਰ ਪਲੇ ਕੀਤਾ ਤਾਂ ਬਟ ਸਾਨੂੰ ਸੀਗਾ ਕਿ ਯਾਰ ਕੀ ਕੁੜੀ ਡਿਜ਼ਰਵ ਕਰਦੀ ਹੈ ਕਿ ਚਲੋ ਆਪਾਂ ਕੋਈ ਹੋਰ ਫਿਲਮ ਕਰਾਂਗੇ ਜਿਹਦੇ 'ਚ ਨਵੀਂ ਕੁੜੀ ਨੂੰ ਆਪਾਂ ਚਾਂਸ ਦੇ ਸਕਾਂਗੇ ਤਾਂ ਆਪਾਂ ਇਹਨੂੰ ਵੈਸੇ ਵੀ ਐਕਟ੍ਰੈਸਿਸ ਔਰ ਐਕਟਰਸ ਦੀ ਬਹੁਤ ਘਾਟ ਹੈ ਆਪਣੇ ਇੱਥੇ ਤਾਂ ਫਿਰ ਹਰਜੀਤਾ ਦਾ ਜਦੋਂ ਪਲਾਨਿੰਗ ਹੋਈ ਐਂਡ ਅਸੀਂ ਪਹਿਲੇ ਦਿਨ ਤੋਂ ਹੀ ਉਹਨੂੰ ਕਹਿਤਾ ਸੀਗਾ ਕਿ ਯਾਰ ਤੂੰ ਫੀਮੇਲ ਲੀਡ ਇਹਦੇ 'ਚ ਤੂੰ ਹੀ ਪਲੇ ਕਰੇਂਗੀ ਤਾਂ ਉਹਨੇ ਵੀ ਬਹੁਤ ਮਿਹਨਤ ਕੀਤੀ ਹੈ ਨਾ ਆਪਣੇ ਲੈਵਲ 'ਤੇ ਜਿੱਦਾਂ ਦੀ ਹਾਕੀ ਦੀਆਂ ਫਿਲਮਾਂ ਬਣ ਰਹੀਆਂ ਸੀਗੀਆਂ ਇੱਕ ਅਟੈਂਪਟ ਕੀਤਾ ਸੀਗਾ ਔਰ ਇਹ ਵੀ ਬਹੁਤ ਬੜੀ ਗੱਲ ਹੁੰਦੀ ਹੈ ਕਿ ਇੱਕ ਬੰਦਾ ਕਦੀ ਕੋਈ ਐਫਰਟ ਕਰ ਰਿਹਾ ਆ ਐਫਰਟ ਦੇ ਵੀ ਬਹੁਤ ਲੈਵਲ ਹੁੰਦੇ ਆ ਮਤਲਬ ਐਮੀ ਦਾ ਉਹ ਮੈਨੂੰ ਸਭ ਤੋਂ ਬੈਸਟ ਗੱਲ ਲੱਗੀ ਸੀ ਕਿ ਚੁੱਪ ਰਹਿ ਕੇ ਇੱਕ ਸੀਨ ਕਢਾਉਣਾ ਇਜ਼ ਅ ਬਿਗ ਡੀਲ ਬੜੇ ਬੜੇ ਐਕਟਰਸ ਕਰਦੇ ਆ ਅੰਗਰੇਜ਼ੀ ਫਿਲਮਾਂ ਦੇ ਵਿੱਚ ਹੁੰਦੇ ਕਿ ਅਗਰ ਕਿਤੇ ਕੋਈ ਗੱਲ ਨਹੀਂ ਬਣ ਰਹੀ ਹੈ ਟ੍ਰਿਕਸ ਨੇ ਕਿ ਉਹ ਤੁਸੀਂ ਸ਼ਾਂਤ ਕਰ ਦਿਓ ਕੈਰੈਕਟਰ ਵਿੱਚ ਕੁਝ ਐਸਾ ਇਸ ਤਰ੍ਹਾਂ ਦਾ ਪਾ ਦਿਓ ਕਿ ਤੁਸੀਂ ਆਪਣਾ ਕੰਮ ਵੀ ਤੁਹਾਡਾ ਹੋਵੇ ਔਰ ਉਹ ਬਹੁਤ ਬ੍ਰਿਲੀਅੰਟ ਵੀ ਲੱਗੇ ਕਈ ਵਾਰ ਹੁੰਦਾ ਕਿ ਡਾਇਰੈਕਟਰ ਔਰ ਐਕਟਰ ਜਿਹੜਾ ਇੱਕੋ ਪੇਜ 'ਤੇ ਨਹੀਂ ਆ ਪਾਉਂਦੇ ਉਹ ਕਹਿੰਦੇ ਕਿ ਮੈਨੂੰ ਇਹੀ ਚਾਹੀਦਾ ਆ ਔਰ ਅਨੁਰਾਗ ਆਪਣੀ ਫਿਲਮਾਂ ਦੇ ਵਿੱਚ ਇਸ ਤਰ੍ਹਾਂ ਹੀ ਕਰਦੇ ਆ ਆਈ ਗੈਸ ਮੈਂ ਬਹੁਤ ਸੁਣਿਆ ਉਹਨਾਂ ਨੂੰ ਕਿ ਉਹ ਬਿਲਕੁਲ ਫ੍ਰੀ ਛੱਡ ਦਿੰਦੇ ਨੇ ਔਰ ਸਿਰਫ ਉਹਨਾਂ ਕੁ ਦੱਸਦੇ ਨੇ ਜੋ ਉਹਨਾਂ ਦੀ 360 ਐਂਗਲ 'ਚ ਬਾਅਦ 'ਚੋਂ ਜਾ ਕੇ ਬੁਰਾ ਨਾ ਲੱਗੇ ਸੋ ਉਹ ਜਿਹੜਾ ਟ੍ਰਿਕ ਸੀਗਾ ਹਰਜੀਤਾ ਦੇ ਵਿੱਚ ਇਸਤੇਮਾਲ ਕੀਤਾ ਹੋਇਆ ਉਹ ਬਹੁਤ ਹੀ ਜ਼ਿਆਦਾ ਮੈਨੂੰ ਬ੍ਰਿਲੀਅੰਟ ਲੱਗਾ ਸੀਗਾ ਕਿਤੇ ਕਿਤੇ VFX ਸੀਗੇ ਪਰ ਇੱਕ ਲੈਵਲ ਨਹੀਂ ਆਪਾਂ ਹਾਲੇ ਕਰ ਸਕਦੇ ਬਹੁਤ ਸਾਰੇ ਐਕਸਪੈਂਸਿਵ ਸੀਗੇ ਪਰ ਉਸ ਚੀਜ਼ ਨੇ ਮੈਨੂੰ ਬਹੁਤ ਇੰਪ੍ਰੈਸ ਕੀਤਾ ਐਜ਼ ਅ ਸਿਨੇਮਾ ਲਵਰ ਕਿ ਪੰਜਾਬੀ ਫਿਲਮਾਂ ਦੇ ਵਿੱਚ ਫਿਰ ਇਸ ਤਰ੍ਹਾਂ ਦੇ ਅਟੈਂਪਟ ਹੋ ਰਹੇ ਨੇ ਤਾਂ ਮੇਰਾ ਫਿਲਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਬਟ ਉਸ ਟਾਈਮ ਕਿਵੇਂ ਫਿਲਮਾਂ ਦੇ ਬਾਰੇ ਗੱਲ ਕਰ ਰਹੇ ਤੇ ਇਸ ਨੂੰ ਵੀ ਕਾਊਂਟ ਕੀਤਾ ਜਾਂਦਾ ਹੈ ਕਿ ਸ਼ਾਇਦ ਇਹ ਸਭ ਚੀਜ਼ਾਂ ਪੇਡ ਆ ਸੋ ਉਹ ਬਹੁਤ ਮੈਟਰ ਕਰਦਾ ਬਟ ਜਦੋਂ ਇਸ ਫਿਲਮ ਨੂੰ ਅਵਾਰਡ ਮਿਲਿਆ ਔਰ ਆਈ ਐਮ ਰੀਅਲੀ ਵੈਰੀ ਹੈਪੀ ਮੈਨੂੰ ਲੱਗਾ ਕਿ ਮੇਰਾ ਪੁਆਇੰਟ ਆਫ ਵਿਊ ਗਲਤ ਨਹੀਂ ਸੀਗਾ ਜਿਸ ਵੀ ਕ੍ਰਿਟਿਕ ਟੀਮ ਨੇ ਉਸਨੂੰ ਵੇਖਿਆ ਹੋਊਗਾ ਉਸਦਾ ਆਪਣਾ ਇੱਕ ਪੁਆਇੰਟ ਆਫ ਵਿਊ ਹੋਊਗਾ ਕਿਉਂਕਿ ਹਰਜੀਤਾ ਤੋਂ ਸਿਵਾ ਪਿਛਲੇ ਸਾਲ ਬਹੁਤ ਸਾਰੀ ਸੀ ਫਿਲਮਾਂ ਸੀ ਜਿਹਨੇ ਬਹੁਤ ਬੜੀਆ ਕਮਰਸ਼ੀਅਲ ਕਮਾਈ ਕੀਤੀ ਵੱਡੀ ਕਮਾਈ ਕੀਤੀ ਉਸ ਤੋਂ ਸਿਵਾ ਵੀ ਉਹਨੇ ਇਸ ਫਿਲਮ ਨੂੰ ਚੂਜ਼ ਕੀਤਾ ਸੋ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਾ ਔਰ ਸਭ ਤੋਂ ਮੇਨ ਗੱਲ ਜਿਹੜੀ ਆ ਉਹ ਹੈਗਾ ਟਰੱਸਟ ਮੈਂ ਮਤਲਬ ਮੈਂ ਜਿੱਥੇ ਮਰਜ਼ੀ ਵੀ ਮਤਲਬ ਹੋਵਾਂ ਜਾਂ ਸਵਿਮਿੰਗ ਪੂਲ ਵਾਸਤੇ ਮੇਰੀ ਵੀ ਗੱਲ ਹੋਊਗੀ ਮੈਨੂੰ ਪਤਾ ਉਹ ਮੇਰੇ ਵਾਸਤੇ ਉਹ ਕਦੇ ਮਾੜਾ ਨਹੀਂ ਸੋਚ ਸਕਦਾ ਉਹ ਟਰੱਸਟ ਆ ਜਿਹੜਾ ਉਹ ਟਰੱਸਟ ਤੋਂ ਗੱਲ ਉੱਪਰ ਆ ਚੁੱਕੀ ਹੈ ਹੁਣ ਉਹ ਰਿਸ਼ਤਾ ਜਿਹੜਾ ਉਹ ਯਾਰੀ ਦੋਸਤੀ ਦਾ ਨਹੀਂ ਨਿਕਲ ਗਿਆ ਹੁਣ ਉਹ ਮਤਲਬ ਇੱਕ ਲਾਈਫ ਆ ਉਹ ਭਰਾ ਵਾ ਉਹ ਫੈਮਿਲੀ ਆ ਹਨਾ ਇਸ ਕਰਕੇ ਇਹ ਗੱਲਾਂ ਮੈਨੂੰ ਲੱਗਦਾ ਮੈਨੂੰ ਕੋਈ ਇਦਾਂ ਦੀ ਗੱਲ ਕੋਈ ਲੱਗਦਾ ਮੈਨੂੰ ਮੈਨੂੰ ਸਮਝ ਨਹੀਂ ਆਉਂਦੀ